ਬਾਤ ਹੋ ਚੁੱਕੀ ਹੈ ਔਰ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣਾ। ਸਿਆਣੇ ਬੰਦੇ ਪਹਿਲਾਂ ਗੱਲ ਆਓ ਸੋਚਦੇ ਵਿਚਾਰਦੇ, ਮੂਰਖਾਂ ਦਾ ਕੰਮ ਗੱਲ ਗੱਲ ਉੱਤੇ ਹੱਸਣਾ। ਮਰਦ ਗੁਲਾਮ ਕਦੇ ਬਣਦੇ ਨਾ ਨਾਰਦੇ। ਨਵੀ ਬਾਈ ਤੁਸੀਂ ਕਿੰਨੇ ਦਵਾ ਹਾਣੀਆਂ ਨੂੰ ਹਾਣ ਮਿੱਤਰੋ। ਰਾਜਾ ਖੇਲਾ ਲਿਖੇ ਗੱਲ ਔਰ ਲੱਖ ਲੱਖ ਦੀ ਤੇ ਧੁੰਮ ਪਈ ਹੋਈ ਹੈ ਅੱਜ ਦੇ ਸਵੱਡੇ ਕੱਪ ਦੀ। ਧੰਨਵਾਦ ਜੀ, ਧੰਨਵਾਦ ਵੀਰੇ ਸੇਠੀ ਬੜਸੀਕਰੀ, ਬਹੁਤ ਬਹੁਤ ਧੰਨਵਾਦ ਜੀ। ਲਾਈਵ ਇੱਕ ਨੰਬਰ ਗਰਾਊਂਡ 'ਤੇ ਵਾਲੀਬਾਲ ਬਠਿੰਡਾ, ਦੋ 'ਤੇ ਆਪਣਾ ਲਾਈਵ ਆ, ਤਿੰਨ 'ਤੇ ਲਾਈਵ ਹੈ ਨਹੀਂ ਵੀਰੇ। ਧੰਨਵਾਦ ਸੇਠੀ ਬੜਸੀਕਰੀ ਬਾਈ, ਬੜੀਆ ਟੀਮ ਹੈ ਆਪਕੀ ਸੇਠੀ ਬਾਈ, ਆਇਆ ਕਰੋ ਖੇਡਦੇ ਜੀ। ਔਰ ਟੀਮਾਂ ਦੇ ਖਿਡਾਰੀ ਜਿਹੜੇ ਆਪਣੇ ਆਪ ਨੂੰ ਜ਼ਰੂਰ ਤਿਆਰ ਬਰ ਤਿਆਰ ਕਰ ਲੈਣਗੇ। ਗਰਾਊਂਡ ਨੰਬਰ ਇੱਧਰ ਦੋ ਦੇ ਵਿੱਚ ਮੈਂ ਪਾਠ ਪੁਲਸੀਆ ਪੁੱਜਿਆ ਹੋਇਆ ਭਰਾ ਸਾਡਾ ਕੰਦੂ ਖੇੜੇ ਦੀ ਟੀਮ ਦਾ ਜਸਰ ਪੁੱਜਿਆ ਤੇ ਦਿਉਣ ਦੇ ਕਹਿੰਦੇ ਪ੍ਰਦੀਪ ਤੇ ਗੱਭਰੂਆਂ ਨੇ ਮਾਣ ਕੀਤਾ ਮੇਰੇ ਮਿੱਤਰੋ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ। ਟੀਮਾਂ ਬਹੁਤ ਵੱਡੀਆਂ ਜਿਹੜੀਆਂ ਅੱਜ ਆਪਣੇ ਕੋਲੇ ਫੜ ਕੇ ਆਈਆਂ ਨੇ। ਇੱਕ ਵਾਰੀ ਨੰਬਰ ਆਪਾਂ ਜ਼ਰੂਰ ਸਾਂਝੇ ਕਰ ਦਈਏ ਜੀ, ਮੇਰੀ ਬੇਨਤੀ ਆ ਭਰਾ ਬਣ ਕੇ। ਕਰਤੀ ਕਰਤੀ ਅੰਗਰੇਜ਼ ਫਲੈਸ਼, ਮੈਂ ਉਹ ਟਾਈਆਂ ਨੂੰ ਲਾਈ ਸੀ, ਦਿਮਾਗ ਚੋਂ ਨਿਕਲ ਗਈ ਗੱਲ ਬਾਈ। ਕਰਤੀ ਬੰਦ ਫਲੈਸ਼ ਅੰਗਰੇਜ਼ ਸਿੱਧੂ ਜੀ, ਮੈਚ ਜਿਹੜਾ ਬਹੁਤ ਕਿੱਡਾ ਜਾਣਾ ਨੌਜਵਾਨਾਂ, ਪਰ ਗਰਾਊਂਡ ਨੰਬਰ 1 ਦੇ ਵਿੱਚ ਉਹ ਟੀਮਾਂ ਕਹਿੰਦੇ ਵੱਡੀਆਂ ਨੇ। ਮੌੜ ਦਾ ਮੇਰਾ ਲਾਰੀ ਪੁੱਜਿਆ ਹੋਇਆ ਅੱਜ ਕੋਟ ਸੁਭੀਰ ਦੀ ਟੀਮ ਨੂੰ ਲਈ, ਉਹਦੀ ਕਿਵੇਂ ਇੱਕ ਅਣਥਕ ਬਾਹਰ ਨਹੀਂ ਨਾ ਹੁੰਦਾ ਤੇ ਮੇਰੇ ਮਾਰਨ ਚੋਰੀ ਲਈ ਆਉਂਦਾ। ਸਕੋਰ ਕਿੰਨੇ ਆ ਸਕੋਰ ਆ ਮੈਚ ਦੇ, ਸਕੋਰ ਦੱਸਿਓ ਜੀ। ਤਿੰਨ ਬਰਾਬਰ ਸਕੋਰ ਆ ਵੀਰੇ ਚੱਲਦੇ ਮੈਚ ਦੇ ਜੀ। ਤਿੰਨ ਬਰਾਬਰੀ ਦਾ ਮੈਚ ਜਿਹੜਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ। ਤਿੰਨ ਬਰਾਬਰ ਨੰਬਰ ਇੱਧਰ ਸਹਾਰਨਪੁਰ ਵਾਲੇ ਮੁੰਡਿਆਂ ਦੇ ਆ ਔਰ ਤਿੰਨ ਨੰਬਰ ਜਿਹੜੇ ਕੰਦੂ ਖੇੜੇ ਦੀ ਟੀਮ ਦੇ ਆ। ਨੰਬਰ 4 ਦੀ ਭਾਲ ਦੇ ਵਿੱਚ ਆ ਗੱਭਰੂ ਖੇਡ ਦੇ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ। ਟੀਮਾਂ ਬਹੁਤ ਚੋਟੀ ਦੀਆਂ ਨੇ, ਬਣ ਕੇ ਆਈਆਂ ਨੌਜਵਾਨ। ਮੈਚ ਬੜਾ ਜਾਨਦਾਰ ਹੈ ਵੀ ਜਿਲ੍ਹਾ ਖੇਡ ਇਸ਼ਕ ਦੀ ਬਾਜੀ ਉਹ ਕਦੇ ਹਰ ਕੇ ਬਹਿ ਜੀ ਨਾ। ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਰ ਵੀ ਜਾਂਦੇ ਨੇ। ਬੜਾ ਟਾਪ ਦਾ ਮੁਕਾਬਲਾ ਹੈ ਔਰ ਇੱਧਰ ਨੰਬਰ ਜਿਹੜੇ ਪਹਿਲੇ ਗੱਭਰੂ ਵਾਲੇ 4 ਜੋੜ ਦਿੱਤੇ ਆ, ਬੱਲੂਵਾਲਾ ਤੇ ਸੁਖਰ ਵਾਲੇ ਦੇ ਖਿਡਾਰੀ ਜਿਹੜੇ ਖਿਡਾਰੀ ਜਿਹੜੇ ਆਪਣੇ ਆਪ ਨੂੰ ਤਿਆਰ ਕਰਕੇ ਆ ਜਾਣ ਭਰਾ ਸਾਡਿਆਂ ਨੂੰ ਤੇ ਉਹਨਾਂ ਤੇ ਫਿਰਸੂ ਮਲਕਾਣੇ ਦੀਆਂ ਟੀਮਾਂ ਇਹ ਮੁੰਡੇ ਆਉਣ ਜੀ। ਗਰਾਊਂਡ ਨੰਬਰ 2 ਦੇ ਲਾਗੇ ਬੜਾ ਵਧੀਆ ਮੈਚ ਆ, ਇਧਰ 4-3 ਦੀ ਟੱਕਰ ਮੇਰੇ ਮਿੱਤਰੋ। ਵੀ ਤੂੰ ਸਾਡੀ ਨੀ ਹੋਣਾ ਤੇ ਬਿਲੋ ਕੋਈ ਗੱਲ ਨੀ, ਕਿਸੇ ਪਰਸੋਂ ਨੂੰ ਫ੍ਰੀ ਆ 6 ਤਰੀਕ ਨੂੰ, ਉੱਤੇ ਆਪਾਂ ਲਿਸਟ ਸਾਰੇ ਟੂਰਨਾਮੈਂਟਾਂ ਦੀ ਪਾ ਦਿਆਂਗੇ ਮਾਰਚ ਦੇ ਦੀ, ਸਾਰੀ ਲਿਸਟ 6 ਤਰੀਕ ਨੂੰ ਆ ਜਾਣੀ ਉਰੇ ਸਹਾਰਨਪੁਰ ਚ ਕੈਮਰੇ ਸਾਹਮਣੇ। ਭਾਦਰਗੜੀਆ ਰਵੀ ਬਹੁਤ ਵੱਡਾ ਧੰਨਵਾਦ ਹੈ। ਉਧਰ 31 ਮਾਰਚ ਜਿਹੜੀ ਬੜਸਿੰਗਰੀ ਦੇ ਵੱਡੇ ਕੱਪ ਦੀ ਹੈ ਔਰ ਵੀਰੋ ਵੱਲੋਂ ਖੁੱਲੇ ਸੱਦੇ ਆ
ਬੜਸਿਕਰੀ ਦੀ ਧਰਤੀ ਹੋਵੇਗੀ ਤੇ 31 ਮਾਰਚ ਨੂੰ ਰੌਣਕ ਲੱਗਣਗੇ ਹੈ। ਦੂਜਾ ਲਾਈਟ ਬਾਲੀਵਾਲ ਬਠਿੰਡਾ ਵਰੇ ਟੋਟੀ ਦਾ ਖੇਡਿਆ ਜਾ ਰਿਹਾ ਹੈ। ਬੜੀਆਂ ਰਿਸਪੈਕਟਡ ਰੂਹਾਂ ਜਿਹੜੀਆਂ ਅੱਜ ਆਪਣੀ ਦਬਾਣ ਖੜਾ ਵੀ ਨਹੀਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ। ਐਸਐਚਓ ਸਰਦਾਰ ਰਵਿੰਦਰ ਸਿੰਘ ਜੀ ਮੌੜ ਜੋ ਸਾਡੇ ਦਰਮਿਆਨ ਪੁੱਜੇ ਹੈ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ, ਨਾਲ ਬਾਈ ਨਵੀਂ ਕੈਨੇਡਾ, ਨਾਲ ਬਾਈ ਗੋਲਡ ਕੈਨੇਡਾ, ਬੱਬੂ ਆਸਟ੍ਰੇਲੀਆ, ਰੋਮੀ ਢਿੱਲੋਂ, ਮਨਪ੍ਰੀਤ ਢਿੱਲੋਂ, ਸੁਖਜਿੰਦਰ ਢਿੱਲੋਂ, ਨਵੀਂ ਵਰਗੇ ਵੀਰ ਸਾਡੇ ਸਾਰੇ NRI ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਮੈਂ ਤੇ ਕਰਦਾ ਹੈ। ਟੀਮਾਂ ਬਹੁਤ ਵੱਡੀਆਂ ਬਣ ਕੇ ਆਈਆਂ ਨੇ। ਬਾਤਾਂ ਹੋਣਗੀਆਂ ਜਿਹੜੇ ਭਰਾਵਾਂ ਨੇ ਸਾਡਿਆਂ ਨੇ ਅੱਜ ਦੇ ਇਸ ਵੱਡੇ ਮੇਲੇ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਦਿਲ ਖੋਲ ਕੇ ਬਹੁਤ ਵੱਡਾ ਧੰਨਵਾਦ ਹੈ। ਔਰ ਇੱਧਰ ਵੀ ਮੈਚ ਬੜਾ ਟਾਪ ਦਾ ਹੈ। ਓਕੇ ਜੀ, ਉਧਰ ਬਾਈ PT ਕੈਨੇਡਾ ਜੀ ਉਹ ਵੀ ਪੁੱਜੇ ਤੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਹਨੇ NRI ਵੀਰ ਅੱਜ ਦੇ ਇਸ ਵੱਡੇ ਮੇਲੇ ਦਾ ਲਾਈਵ ਆਨੰਦ ਮਾਣ ਰਹੇ ਹੈ। ਤੇ ਉਹਨਾਂ ਵੀਰਾਂ ਦੇ ਲਈ ਵੀ ਮੇਰੇ ਮਿੱਤਰ ਦੁਆਵਾਂ ਨੇ। ਟੀਮਾਂ ਜਿਹੜੀਆਂ ਸਾਰੀਆਂ ਚੋਟੀ ਦੀਆਂ ਨੇ ਜੋ ਅੱਜ ਆਪਣੇ ਕੋਲ ਫੜ ਕੇ ਆਈਆਂ ਨੇ ਮੇਰੇ ਮਿੱਤਰੋ, ਜਿਹੜੇ ਉਹ ਥੋੜੀਆਂ ਭਰ ਦੇ ਵਿੱਚ ਹੁੰਦੇ ਆ, ਬੜੀਆਂ ਟਾਪ ਦੀਆਂ ਟੀਮਾਂ ਨੇ ਜੋ ਅੱਜ ਆਪਣੇ ਕੋਲ ਖੇਡ ਰਹੀਆਂ ਨੇ। ਔਰ ਇੱਧਰ ਗਰਾਊਂਡ ਨੰਬਰ 3 ਦੇ ਵਿੱਚ ਵੀ ਪੇਚਾ ਮੇਰੇ ਮਿੱਤਰੋ ਬਹੁਤ ਵੱਡੇ ਪੱਧਰ ਦੇ ਉੱਤੇ ਪਿਆ ਹੋਇਆ। ਇੱਧਰ ਜਿੰਨੇ ਸਾਡੇ ਵੀਰ ਨੇ ਕੈਮਰੇ ਸਾਹਮਣੇ ਸਹਾਰਨਪੁਰ ਦੂਜੇ ਮੈਚ ਦਾ ਸਾਡਾ ਕੂਣਕ ਵਾਲਾ ਤੇ ਨਾਲ ਭਰਾ ਸਾਡਾ ਜਿੰਮੀ ਧੰਦੀ ਵਾਲਾ, ਬਿੱਲਾ ਧਾਲੀ ਵਾਲਾ, ਨਵੀਂ ਢਿੱਲੋਂ ਤੇ ਨਾਲ ਬਾਈ ਰਮਨ ਸਰਾ, ਜਤਨ ਸਰਾ, ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਵਾਲੀਬਾਲ ਦੇ ਕਹਿੰਦੇ ਮੇਰੇ ਮਿੱਤਰੋ ਮੁੱਖ ਸਪੌਂਸਰ ਨੇ ਔਰ ਸਾਰੇ ਵੀਰਾਂ ਦੇ ਲਈ ਦੁਆਵਾਂ ਨੇ। ਗੁਰਲਾਲ ਜੇ ਤਾਂ ਜਸਨ ਅਰਗੇ ਜਿੱਤਦੇ ਆ ਤਾਂ ਜਸਨ ਅਤੇ ਬਾਟ ਦਾ ਸਨਮਾਨ ਜੱਗੇ ਦਾਨੇਵਾਲ ਵੱਲੋਂ ਥਰਾਜਲ ਦੇ ਟੂਰਨਾਮੈਂਟ ਦੇ ਬਾਲ ਪੇਪਰ ਨਾਲ। ਅਤੇ ਜੇ ਲੰਬੂ ਉਸਤਾਦ ਫਾਈਨਲ ਖੇਡੇ ਅੱਜ ਅਰਸ਼ ਗਿੱਲ ਕੈਨੇਡਾ ਮੁਲਤਾਨੀਆ ਵੱਲੋਂ 4,400। ਬਹੁਤ ਵੱਡਾ ਧੰਨਵਾਦ ਮੈਂ ਤੇ ਵੀਰਾਂ ਦਾ ਕਰਦਾ ਹਾਂ। ਓਕੇ ਅਰਸ਼ ਭਾਈ, ਦਾਨੇ ਵਾਲੀ ਜੱਗਾ ਸਾਡਾ ਯਾਰਾਂ ਦਾ ਯਾਰ ਹੈ। ਉਹ ਕਹਿੰਦਾ ਵੀ ਜੇ ਚੱਲਦਾ ਹੋਇਆ ਮੈਚ ਮੁੰਡੇ ਜਿੱਤ ਜਾਣ ਔਰ ਆਪਾਂ ਵੱਡਾ ਮਾਣ ਕਰਨਾ ਭਰਾਵਾਂ ਦਾ। ਉਹ ਵੀਰ ਕਹਿੰਦਾ ਵੀ ਆਪਾਂ ਬਾਲ ਪੇਪਰਾਂ ਦੇ ਨਾਲ ਥਰਾਜ ਵਾਲੇ ਦੇ ਵੱਡੇ ਕੱਪ ਦੇ ਉੱਤੇ ਜਸਨ ਤੇ ਪਾਠ ਦਾ ਸਨਮਾਨ ਕਰ ਦਿਆਂਗੇ। ਉਧਰ ਨਾਲ ਬਾਈ ਅਰਸ਼ ਗਿੱਲ ਆ ਭਰਾ ਸਾਡਾ ਮੁਲਤਾਨੀ ਆ ਪਿੰਡ ਵਾਲਾ, ਉਹ ਕਹਿੰਦਾ ਵੀ ਜੇ ਅੱਜ ਲੰਬੂ ਉਸਤਾਦ ਅੱਜ ਫਾਈਨਲ ਖੇਡੇ ਤੇ ਮਿੱਤਰਾ ਤੇ ਆਪਾਂ 4,100 ਦੇ ਨਾਲ ਵੱਡਾ ਮਾਣ ਕਰ ਦਿਆਂਗੇ। ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਉਹ ਬੜੀਆਂ ਵੱਡੀਆਂ ਟੀਮਾਂ ਨੇ ਵੀ ਕਦੇ ਨਾ ਗਰਾਊਂਡ ਤੇ ਨਿਸ਼ਾਨ ਛੱਡ ਦੇ ਨਲੂਏ ਦੇ ਚਿੱਲੇ ਅਫਗਾਨ ਜਿੱਤਦੇ ਤੇ ਡਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ। ਲਿਮਟਾਂ ਤੇ ਚੱਕੀਆਂ ਨਾ ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਉਹ ਚੋਰ ਨਹੀਂ ਹੁੰਦੇ। ਨੰਬਰ ਦੱਸਿਓ ਜੀ ਇੱਕ ਵਾਰੀ, ਦੋ ਨੰਬਰ ਗਰਾਊਂਡ ਦੇ ਵੀਰੇ ਨੰਬਰ ਸਾਂਝੇ ਕਰਿਓ। ਸੱਜਣ ਸਹਾਰਨ ਦਾ ਮੈਚ ਰਹਿੰਦਾ ਜੇ ਰਹਿੰਦਾ ਵੀਰੇ,
ਸਚਿਨ ਰਾਣੇ ਦਾ ਮੈਚ ਸਾਹਮਣੇ ਕੈਮਰੇ ਵੀਰੇ, ਸਚਿਨ ਸਾਰਨ ਦਾ ਮੈਚ ਅਜੇ ਰਹਿੰਦਾ। ਬਾਰੇ ਕਾ ਆਈ ਆ ਵੀਰੇ, ਆਈ ਆ ਬਾਰੇ ਕਾ, ਆਈ ਆ ਜੀ ਬਾਰੇ ਕਾ, ਜੌਂਟੀ ਖੇਡਦਾ ਬਈਏ ਬਾਲ ਲਾਓ ਸਾਹਮਣੇ। ਇੱਧਰ ਮੈਚ ਮੇਰੇ ਮਿੱਤਰੋ ਬਹੁਤ ਟੌਪ ਦਾ ਖੇਡਿਆ ਜਾ ਰਿਹਾ, ਪਰ ਮੈਂ ਨੰਬਰ ਦੱਸੀ ਇੱਕ ਵਾਰੀ, ਸਕੋਰ ਕਿੰਨੇ ਹੋ ਗਏ ਪਰਮ? 5-6 ਪੰਜ ਨੰਬਰ ਜਿਹੜੇ ਕੰਦੂ ਖੇੜੇ ਦੀ ਟੀਮ ਦੇ ਆ, ਸਕੋਰ ਆ ਜੀ 5-6। ਉਹ ਮੇਰੇ ਮਿੱਤਰੋ ਮੈਂ ਵੇਖਦਾ ਵੀ ਯੂਪੀ ਵਾਲੇ ਮੁੰਡਿਆਂ ਨੇ ਰਵੀ ਦੇ ਸੇਵ ਪੰਜਾਬ ਤੇ ਯੂਪੀ ਦਾ ਮੈਚ ਮਿੱਤਰੋ, ਉਹ ਅੜ ਗਈਆਂ ਕੋਣੀਆਂ, ਸੇਵ ਬਰਾਬਰ ਹੋ ਗਏ ਨੇ, ਸੇਵ ਬਰਾਬਰ ਕੀ ਗੱਲਾਂ ਕਰਦੇ ਤੇ ਟੀਮਾਂ ਦੋਨੋਂ ਚੰਗੀਆਂ, ਤੇ ਮੈਨੂੰ ਲੱਗਦਾ ਵਰਿੰਦਰਾ ਨੈਟਵਰਕ ਦੀ ਬੜੀ ਪ੍ਰੋਬਲਮ ਆ ਰਹੀ ਹੈ, ਟੀਚਰ ਤੇ ਹੁੰਦੇ ਆ ਨਸ਼ਾ ਦਾ ਖੇਡਦੇ ਗਰਾਊਂਡ ਦੇ ਅੰਦਰ, ਟੀਮਾਂ ਬਹੁਤ ਲਾਈਵ ਕਿਵੇਂ ਚੱਲੀ ਜਾਂਦਾ ਵੀਰੇ, ਲਾਈਵ ਸਹੀ ਚੱਲੀ ਜਾਂਦਾ ਜੀ, ਦੇ ਵਿੱਚ ਵੀ ਲਾਈਵ ਦੱਸਿਓ ਲਾਈਵ ਕਿਵੇਂ ਚੱਲੀ ਜਾਂਦਾ ਬਈ ਹੋਇਆ ਹੈ, ਵੀਰਪੁਰ ਤੇ ਨਾਲ ਸੁਖਲੰਦੀ ਸੀ ਦੀ ਟੀਮ ਜੱਸਾ ਖੜੀ ਹੈ ਵੀਰੇ, ਲਾਈਵ ਦੱਸਿਓ ਕਿਵੇਂ ਚੱਲੀ ਜਾਂਦਾ ਬਈ ਮੀਰਪੁਰ ਦਾ ਮੈਚ, ਅੰਮ੍ਰਿਤ ਵੀਰੇ ਯਾਦ ਨਹੀਂ ਕਿਹਦੇ ਨਾਲ ਆ ਜੀ। ਓਕੇ ਆ ਫਿਰ ਠੀਕ ਆ ਵੀਰੇ, ਗਰਲਾਲ ਹੀ ਕਹੀ ਜਾਂਦਾ, ਪਤਾ ਨਹੀਂ ਕਿਉਂ ਕਹੀ ਜਾਂਦਾ। ਲਾਓ ਇੱਧਰ ਮੈਚ ਮੇਰੇ ਮਿੱਤਰੋ ਬਹੁਤ ਟੌਪ ਦਾ ਖੇਡ, ਗਰਾਊਂਡ ਨੰਬਰ 2 ਦੇ ਵਿੱਚ ਖੇਡਿਆ ਜਾ ਰਿਹਾ ਜੀ, ਮਾਣੋ ਆਨੰਦ ਜੀ ਬੜੀ ਅੱਗੇ ਅੰਦਰ, ਮਾਣੋ ਆਨੰਦ ਵੀਰੇ ਧੰਨਵਾਦ ਜੀ, ਅੱਜ ਦੇ ਸਬੰਡੇ ਕੱਪ ਦੇ ਉੱਤੇ ਬਹੁਤ ਵੱਡੀ ਟੀਮ ਨੂੰ ਮੁੰਡਿਆਂ ਨੇ ਜਿਹੜੇ ਅੱਜ ਥਾਪੜੇ ਲਾਇਆ ਨਵਿਆਂ ਨੇ, ਤੇ ਬੜੀ ਓਕੇ ਵੀਰੇ ਧੰਨਵਾਦ ਸਾਰੇ ਭਰਾਵਾਂ ਦਾ ਜੀ, ਮਾਣੋ ਆਨੰਦ ਵੀਰੇ ਫਤਿਹ ਪਿੰਡ ਦੇ ਮੁੰਡੇ ਵੇਖ ਲਓ, ਮੁੰਡੇ ਸ਼ੌਕ ਪਗਾਉਂਦੇ ਨੇ, ਦਸਾਂ ਨਹਾਂ ਦੀ ਕਿਰਤ ਕਮਾਈ ਆ ਖੇਡਾਂ ਉੱਤੇ ਲਾਉਂਦੇ ਨੇ, ਖਰੇ ਖੋਟੇ ਦੀ ਪਰਖ ਇਹਨਾਂ ਨੂੰ ਤੇ ਕਰਦੇ ਗਲਟਣ ਕਾ ਕੇ, ਰਾਜੇ ਖੇਲੇ ਸੱਜੇ ਸੱਜਣ ਮਿਲਦੇ ਜਫੀਆਂ ਪਾ ਕੇ, ਉਧਰ ਮੇਰੇ ਮਿੱਤਰੋ ਭਰਾ ਪੁੱਜੇ ਹੋਏ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ। 8-6 ਸਕੋਰ ਆ ਜੀ, 8-6 ਵੀਰੇ ਧੰਨਵਾਦ ਜੀ, ਬਹੁਤ ਬਹੁਤ ਜੱਗੀ ਸਹਾਰਨ ਮਾਜਰਾ ਜੀ ਧੰਨਵਾਦ ਵੀਰੇ, ਧੰਨਵਾਦ ਸਾਰੇ ਭਰਾਵਾਂ ਦਾ ਵੀਰੇ ਬਹੁਤ ਬਹੁਤ ਜੀ। ਸਚਿਨ ਸਹਾਰਨਪੁਰ ਵੀਰੇ ਮੈਚ ਸਾਹਮਣੇ ਚੱਲੀ ਜਾਂਦਾ ਜੀ, ਸਚਿਨ ਦਾ ਦੇਖੋ ਲਾਈ 2 ਆ ਪ੍ਰੀਤ ਵੀਰੇ, ਦੂਜਾ ਲਾਈ ਵਾਲੀਬਾਲ ਬਠਿੰਡਾ। ਹੈਲੋ ਲਾਓ ਇੱਧਰ ਮੈਚ ਮੇਰੇ ਮਿੱਤਰੋ ਬਹੁਤ ਸੋਹਣਾ ਖੇਡਿਆ ਜਾ ਰਿਹਾ, ਬਹਾਦਰ ਗੜੀ ਰਵੀ ਦੁਨੀਆ ਦਾ ਮਹਾਨ ਖੜਾ, ਬਹੁਤ ਵੱਡੇ ਚਰਚੇ ਸਾਡੇ ਭਰਾ ਕਰਦੇ ਆ, ਨਾਲ ਸੱਜਣ ਰਾਣਾ ਖੇਡਦਾ ਮੇਰੇ ਮਿੱਤਰੋ, ਇੱਧਰ ਖੇਡ ਗਰਾਊਂਡ ਦੇ ਅੰਦਰ ਨੈੱਟ ਵਾਲੇ ਦੇ ਵੀ ਚਰਚੇ ਦੁਨੀਆ ਦੇ ਵਿੱਚ ਆ, ਪਰ ਉੱਧਰ ਕਹਿੰਦੇ ਮੈਨੂੰ ਲੱਗਦਾ ਵੀ ਜਸਨ ਨੇ ਨਵਿਆਂ ਦਾ ਉਹ ਜਿਹੜੀ ਸਰਵਿਸ ਕਰ ਦਿੱਤੀ ਹੈ, ਆ ਦਿਉਣ ਪਿੰਡ ਦਾ ਪ੍ਰਦੀਪ ਆ ਇਹਦੇ ਵੀ ਮਾਣ ਮੇਰੇ ਮਿੱਤਰੋ, ਮੁਲਤਾਨੀਆਂ ਦੇ ਵੱਡੇ ਕੱਪ ਦੇ ਉੱਤੇ ਔਰ ਗੱਲਾਂ ਬਾਤਾਂ ਹੋਈਆਂ ਨੇ, ਅਰਸ਼ ਗਿੱਲ ਕਨੇਡਾ ਵਾਲਾ ਤੇ ਨਾਲ ਮੇਰੇ ਮਿੱਤਰੋ ਉੱਧਰ ਸਰਬੀ ਪੱਲੂ ਵਾਲੇ ਪਿੰਡ ਦਾ ਉਹਨਾਂ ਭਰਾਵਾਂ ਨੇ ਜਿਹੜੇ ਮੋਟਰਸਾਈਕਲ ਦੇ ਕੇ ਮਾਣ ਕੀਤੇ ਆ, ਤੇ ਨਾਲ ਇੱਧਰ ਮੈਂ ਵੇਖਦਾ ਵੀ ਉੱਚੇ ਲੰਮੇ ਕੱਦ ਦੇ ਵਿੱਚ ਜਿਹੜਾ ਖਿਡਾਰੀ ਖੇਡਦਾ ਪੀਲੀ ਟੀ ਸ਼ਰਟ ਦੇ ਵਿੱਚ, ਇਹ ਕਹਿੰਦੇ ਮੁਕਤਸਰ ਪੁਲਿਸ ਦੇ ਵਿੱਚ ਵੱਡੀਆਂ ਭਰਾ ਸਾਡੇ ਲਈ ਵੱਡੀਆਂ ਸੇਵਾਵਾਂ ਨੇ ਭਰਾ ਸਾਡੇ ਦੀਆਂ, 62 ਪੁਲਿਸ ਯਾਰਾਂ ਦਾ ਯਾਰ ਔਰ ਸਟਾਰਾਂ ਲਈ ਸਟਾਰ ਹੈ,
ਚਰਚੇ ਹੁੰਦੇ ਜ਼ਰੂਰ ਹੈ ਵੀਰ ਸਾਡੇ ਦੇ ਸੈਂਟਰ ਦੇ ਵਿੱਚ ਮੁੰਡਾ ਜਸ਼ਨ ਖੇਡਦਾ ਹੈ ਕੰਦੂ ਖੇਡ ਦੀ ਧਰਤੀ ਦਾ ਜਿਹੜੇ ਮੁੰਡੇ ਪਰਲੀ ਸਾਈਡ ਆ ਗਏ ਆ ਉਹਨਾਂ ਮੁੰਡਿਆਂ ਦਾ ਕੰਦੂ ਖੇੜਾ ਪਿੰਡ ਹੈ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦਾ ਲਾਸਟ ਪਿੰਡ ਪੈ ਜਾਂਦਾ ਤੇ ਇਦੂ ਬਾਅਦ ਰਾਜਸਥਾਨ ਸ਼ੁਰੂ ਹੁੰਦਾ ਮੇਰੇ ਮਿੱਤਰੋ ਪਰ ਇੱਧਰ ਸਹਾਰਨਪੁਰ ਬਹਾਦਰਗੜੀ ਦੇ ਵੀ ਚਰਚੇ ਕਹਿੰਦੇ ਬਹੁਤ ਵੱਡੇ ਪੱਧਰ ਦੇ ਉੱਤੇ ਆ ਇਹਦੇ ਗੁੱਟਾਂ ਦੇ ਵਿੱਚ ਅੰਨੀ ਜਾਨ ਆ ਮੇਰੇ ਮਿੱਤਰੋ ਇਹ ਵੀ ਜਿੱਥੇ ਜਿੱਥੇ ਖੇਡਿਆ ਤੇ ਲੋਕਾਂ ਨੇ ਸਰਨਾਮੇ ਪੁੱਛੇ ਆ ਵੀ ਆਹ ਮੁੰਡਾ ਕਿਹੜੇ ਪਿੰਡ ਦਾ ਉਹ ਬੱਲੇ 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 ਆਹ ਪੁਲਸੀ ਹੈ ਜੀ ਚਰਚੇ ਬਹੁਤ ਵੱਡੇ ਨੇ ਗਰਾਊਂਡਾਂ ਦਾ ਸ਼ਿੰਗਾਰ ਮੁੰਡਾ ਉਹ ਬਣਿਆ ਹੋਇਆ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ ਉਹ ਗੱਭਰੂ ਬੱਲੇ ਬੱਲੇ ਕਰਵਾਈ ਆਉਂਦੇ ਆ ਦਿਉਣ ਵਾਲਿਆ ਉਹ ਕਾਬੂ ਹੋ ਜਾ ਨਹੀਂ ਜਾਂਦਾ ਨਹੀਂ ਤਾਂ ਇਹਨਾਂ ਨੇ ਤੈਨੂੰ ਕਾਬੂ ਜ਼ਰੂਰ ਕਰ ਲੈਣਾ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਚੀ ਲਾਈਵ ਦੇ ਵੱਡੇ ਪੇਜ ਦੇ ਉੱਤੇ ਦੁਨੀਆ ਆਨੰਦ ਮਾਣ ਰਹੀ ਹੈ ਤੇ ਨਾਲ ਇੱਧਰ ਵਾਲੀਬਾਲ ਬਠਿੰਡਾ ਪੇਜ ਔਰ ਇਹਨਾਂ ਭਰਾਵਾਂ ਦੇ ਵੀ ਤਿੰਨ ਤੇ ਮੈਚ ਗਰਲਾ ਲਓ ਤਿੰਨ ਤੇ ਮੈਚ ਖਤਮ ਆਓ ਜੀ ਤਿੰਨ ਨੰਬਰ ਗਰਾਊਂਡ ਦੇ ਵਿੱਚ ਮੇਰੀ ਬੇਨਤੀ ਹੈ ਮਹਾਰਾਜ ਮਹਾਰਾਜ ਸੁੱਖ ਨਾਲ ਉਹ ਟੀਮਾਂ ਨੂੰ ਮੇਰੀ ਬੇਨਤੀ ਹੈ ਖਿਡਾਰੀ ਆਉਣ ਜੀ ਬੱਲੂਆਣ ਤੇ ਸੁੱਖ ਨਾਲੇ ਦੇ ਖਿਡਾਰੀ ਜਿਹੜੇ ਉਹ ਗਰਾਊਂਡ ਬਰਾਬਰ ਅੱਠ ਬਰਾਬਰ ਅਗਰ ਲਾਲ ਅੱਠ ਬਰਾਬਰ ਪਤਾ ਨੀ ਮੈਂ ਤਾਂ ਕਿੰਨੇ ਦਾ ਅੱਠ ਬਰਾਬਰ ਸਕੋਰ ਹੈ ਇੰਨਾ ਪਤਾ ਲਾਓ ਇੱਧਰ ਮੈਚ ਮੇਰੇ ਮਿੱਤਰੋ ਅੱਠ ਬਰਾਬਰੀ ਦਾ ਬਿਲਕੁਲ ਖੇਡਿਆ ਜਾ ਰਿਹਾ ਟੀਮਾਂ ਬਹੁਤ ਵੱਡੀਆਂ ਨੇ ਔਰ ਮੁਕਸਰੀ ਉਹਦੀ ਮੁੰਡੇ ਚੰਗੇ ਸਟਾਂਡਾਂ ਦੇ ਚੰਗੇ ਹੋਏ ਆ ਸ਼ੇਰੂ ਨਹੀਂ ਆਇਆ ਜੀ ਦੂਜਾ ਲਾਈ ਵਾਲੀਬਾਲ ਬਠਿੰਡਾ ਦਵਿੰਦਰ ਭੁੱਲਰ ਵੀਰੇ ਅੱਠ ਬਰਾਬਰ ਪੁਆਇੰਟਾਂ ਚੱਲਦੇ ਮੈਂ ਤੇ ਅੱਠ ਬਰਾਬਰ ਬਈ ਉਧਰ ਸੁੱਖਣ ਵਾਲੇ ਦੀ ਟੀਮ ਆ ਗਈ ਆ ਮੇਰੀ ਬੇਨਤੀ ਆ ਵੀਰੇ ਬੱਲੂਆਣੇ ਦੀ ਟੀਮ ਨੂੰ ਉਹ ਖਿਡਾਰੀ ਆਉਣ ਵੀਰੇ ਬੱਲੂਆਣੇ ਦੀ ਟੀਮ ਜਿਹੜੀ ਜ਼ਰੂਰ ਸੰਪਰਕ ਕਰ ਲਵੇ ਦੇਸੂ ਮਲਕਾਣੇ ਦੀ ਟੀਮ ਗਰਾਊਂਡ ਨੰਬਰ ਦੋ ਗੱਲ ਕੂਚ ਕਰਨੀ ਹੈ ਬੜਾ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਜੋ ਖੇਡਿਆ ਜਾ ਰਿਹਾ ਨੰਬਰ ਇੱਧਰ ਨੌਵਾਂ ਜੋੜ ਦਿੱਤਾ ਮੁੰਡਿਆਂ ਨੇ ਉਹ ਆਪਣੀ ਟੀਮ ਦੇ ਲਈ ਗਰਾਊਂਡ ਦੇ ਅੰਦਰ ਇੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਐਸ ਐਚ ਓ ਸਰਦਾਰ ਰਵਿੰਦਰ ਸਿੰਘ ਜੀ ਮੌੜ ਉਹ ਵੀ ਸਾਡੇ ਦਰਮਿਆਨ ਪੁੱਜੇ ਆ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਨਾਲ ਐਨ ਆਰ ਆਈ ਵੀਰਾਂ ਦੇ ਬਹੁਤ ਸਹਿਯੋਗ ਨੇ ਅੱਜ ਦੇ ਇਸ ਵੱਡੇ ਕੱਪ ਨੂੰ ਕਰਵਾਉਣ ਦੇ ਲਈ ਵੀਰ ਆ ਸਾਡਾ ਨਵੀਂ ਕਨੇਡਾ ਗੋਲਡ ਕਨੇਡਾ ਔਰ ਭਰਾ ਸਾਡੇ ਆਸਟ੍ਰੇਲੀਆ ਵਾਲੇ ਪੱਕ ਕਰ ਗਏ ਉਹਨਾਂ ਦਾ ਧੰਨਵਾਦ ਪੀਟੀ ਕਨੇਡਾ ਰੋਮੇ ਢਿੱਲੋਂ ਮਨਪ੍ਰੀਤ ਢਿੱਲੋਂ ਨਾਲ ਬਾਈ ਸੁਖਜਿੰਦਰ ਢਿੱਲੋਂ ਸਾਰੇ ਵੀਰਾਂ ਮਾਵਾਂ ਨੇ ਬਾਈ ਜੀ ਬੱਲੂਆਣੇ ਦੀ ਟੀਮ ਸੁੱਖ ਨਾਲ ਮੈਂ ਤਿੰਨ ਤੇ ਬਾਈ ਜੀ ਬੱਲੂਆਣੇ ਦੀ ਟੀਮ ਕਿੱਥੇ ਆ ਵੀਰ ਚੈਣੇ ਵਾਲ ਆਈ ਆ ਸੰਧੂ ਆਨੰਦਗੜ੍ਹ ਵੀਰੇ ਬਿਲਕੁਲ ਆਈ ਆ ਜੀ ਬਾਈ ਜੀ ਬੱਲੂਆਣੇ ਦੀ ਟੀਮ ਦੇ ਖਿਡਾਰੀ ਕਿੱਥੇ ਨੇ ਵੀਰ ਦੱਸੋ ਗਰਲਾਲ ਦਾ ਪਿੰਡ ਬਰਨਾਲੇ ਡਿਸਟ੍ਰਿਕਟ ਜਾ ਵੀਰੇ ਅਜੀਮ ਤਿੱਤਰੋ ਨਹੀਂ ਆਇਆ ਵੀਰੇ ਪਹਿਲੇ ਦੂਜਾ ਰਾਊਂਡ ਚੱਲ ਪਿਆ ਦੂਜਾ ਰਾਊਂਡ ਵੀਰੇ
ਰਵੀ ਦਾ ਮੈਚ ਹੀ ਚੱਲੀ ਜਾਂਦਾ ਮੰਨੂ ਵੀਰੇ, ਰਵੀ ਦਾ ਮੈਚ ਚੱਲੀ ਜਾਂਦਾ ਜੀ। ਨਵੀ ਭਾਈ ਆਇਓ ਗਰਾਊਂਡ 'ਚ, ਜੋਧਪੁਰੀਆ ਨਹੀਂ ਆਈ ਵੀਰੇ, ਨਹੀਂ ਆਈ ਜੀ। ਬੈਸਟ ਆ ਸਾਰੀਆਂ ਸੰਧੂ ਆਪਣੀ ਨੇਗਾ, ਸਾਰੀਆਂ ਟੀਮਾਂ ਹੀ ਬੈਸਟ ਆ ਵੀਰੇ, ਦਸਾਉਂਦੀ ਆ ਦਾ ਮੈਚ। ਜਸਕਰਨ ਯਾਦ ਨਹੀਂ ਵੀਰੇ ਕਿਹਦੇ ਨਾਲ ਆ ਬਾਈ ਯਾਰ, ਚੀਤਾ ਨਹੀਂ ਆਇਆ ਵੀਰੇ, ਚੀਤਾ ਨਹੀਂ ਆਇਆ ਜੀ। ਟਾਈਆਂ ਪੈ ਗਈਆਂ ਜਸਕਰਨ, ਦੂਜੇ ਰਾਊਂਡ ਦੀਆਂ ਪੈ ਗਈਆਂ ਟਾਈਆਂ ਵੀਰੇ, 8 ਮੈਚ ਬਣਿਆ ਜੀ। ਇਧਰ ਰਾਮਕੋਟ ਦਾ ਰਹਿੰਦਾ ਮੈਚ ਬਾਈ ਜੀ, ਇਤਰਾਜ ਆਇਆ ਸਹਾਰਨਪੁਰ ਵਾਲੇ ਤੁਹਾਡੇ ਤੇ, ਮੈਚ ਤੋਂ ਬਾਅਦ ਮੈਚ ਖੇਡੋ, ਮੈਚ ਤੋਂ ਬਾਅਦ ਵੀਰੇ ਪ੍ਰੂਫ ਚੈੱਕ ਕਰਾ ਦਿਓ, ਠੀਕ ਹੈ ਵੀਰ, ਬਹੁਤ ਵੱਡਾ ਧੰਨਵਾਦ ਆ। ਔਰ ਇਧਰ ਸੋਹਣਾ ਮੁਕਾਬਲਾ ਜਿਹੜਾ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ, ਨੌਜਵਾਨਾਂ 9-8 ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਬਾਈ ਜੀ ਪੱਲੂਵਾੜੇ ਦੀ ਟੀਮ ਕਿਉਂ ਨਹੀਂ ਆ ਰਹੀ ਵੀਰੇ? ਜੱਸਾ ਨਹੀਂ ਆਇਆ ਵੀਰੇ, ਗੁਰਮੁਖ ਭੋਜੋ ਵਾਲੀ ਵਧੀਆ ਵੀਰੇ। ਬਾਈ ਜੀ ਪੱਲੂਵਾੜੇ ਦੀ ਟੀਮ 9-8 ਵੀਰੇ, 9-8 ਜੀ। ਬਾਈ ਜੀ ਪੱਲੂਵਾੜੇ ਦੀ ਟੀਮ ਜਿਹੜੀ ਕੱਟ ਦਿੱਤੀ ਗਈ ਆ, ਪੱਲੂਵਾੜੇ ਦੀ ਟੀਮ ਥਰਡ ਰਾਊਂਡ 'ਚ ਬੈਠੀ ਆ, ਪਟਾਕੇ ਜਿਸ ਕਾਰਨ ਥਰਡ ਰਾਊਂਡ 'ਚ ਬਈ ਖੇਡੋ ਯਾਰ ਵੀਰ ਬਣ ਕੇ ਮਹਾਰਾਜ ਵਾਲਿਓ, ਮੈਚ ਕਰਾਓ ਬਾਈ ਯਾਰ ਇਧਰ 1 ਨੰਬਰ ਸੋਰੀ 3 ਨੰਬਰ ਗਰਾਊਂਡ ਦੇ ਵਿੱਚ ਆ ਕੇ, ਮਹਾਰਾਜ ਦੀ ਟੀਮ ਅਜੇ ਬਾਈ ਯਾਰ ਗਰਾਊਂਡ ਨੰਬਰ 3 ਦੇ ਵਿੱਚ ਆ ਕੇ ਮੈਚ ਕਰਾਓ, ਮੇਰੀ ਬੇਨਤੀ ਹੈ ਵੀਰ। ਤੇ ਨਾਲ ਹੀ ਅਗਲਾ ਮੈਚ ਖੇਡਣ ਲਈ ਮਹਾਰਾਜ ਦੇ ਬਾਬਾ ਟੀਮਾਂ, ਮਹਾਰਾਜ ਦੇ ਬਾਰੇ ਕਹਿੰਦੇ ਖਿਡਾਰੀ ਜਿਹੜੇ ਉਹ ਵੀ ਆ ਜਾਣਗੇ ਸਾਰੇ ਤਕੜੇ, ਗਰਾਊਂਡ ਨੰਬਰ 3 ਦੇ ਵਿੱਚ ਆ ਜਾਣਗੇ ਅਗਲਾ ਮੈਚ ਖੇਡਣ ਲਈ। ਟੌਪ ਸੈੱਟ ਕੇ ਲਈ ਵੀਡੀਓ ਦੇਖ ਲਿਆ ਕਰੋ ਬਾਈ, ਥੋੜਾ ਗੱਲ ਵੀ ਖਰਾਬ ਹੈ ਬਾਈ ਰੈਗੂਲਰ ਟੂਰਨਾਮੈਂਟ ਕੇ ਕਾਰਨ ਨਾ। ਬਾਈ ਜੀ ਗਰਾਊਂਡ ਨੰਬਰ 3 ਦੇ ਵਿੱਚੋਂ ਪਹਿਲਾ ਮੁੰਡੇ ਵਿਕਾਸ ਮਹਿਰਾਜ ਵਾਲੇ ਜਿੱਤ ਕੇ ਗਏ, ਆਓ ਵੀਰੇ ਜਰਾ ਅੱਗੇ ਮੈਚ ਕਰਵਾਓ ਭਰਾ ਬਣ ਕੇ, ਬਹੁਤ ਵੱਡਾ ਧੰਨਵਾਦ ਹੈ। ਇੱਧਰ ਦੇਖ ਨੌਜਵਾਨ ਨੰਬਰ ਮੁੰਡਿਆਂ ਨੇ 10ਵਾਂ ਉਹ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ, ਕੰਦੂ ਖੇੜੇ ਦੀ ਟੀਮ ਇੱਕ ਵੱਡੀ ਟੀਮ ਆ ਨੌਜਵਾਨ, ਖਿਡਾਰੀਆਂ ਦੇ ਚਰਚੇ ਜਿਹੜੇ ਵੱਡੇ ਆ ਉਹ ਵੱਡੇ ਵੱਡੇ ਮੱਲਾਂ ਨੂੰ ਜਨਮ ਦੇਣ ਵਾਲੀ ਭੂਮੀ ਆ ਨੌਜਵਾਨ, ਪਰ ਇੱਧਰ ਵੀ ਟੀਮਾਂ ਚੋਟੀ ਰਹੀਆਂ ਨੇ। ਬਾਈ ਜੀ ਪੱਲੂਵਾੜੇ ਦੀ ਟੀਮ ਯਾਰ ਕਿੱਥੇ ਆ ਬਾਈ? ਅਗਲੇ ਮੈਚ ਵੀ ਬੋਲ ਕੇ ਰੱਖ ਸਾਰੇ, ਪੱਲੂਵਾੜੇ ਵਾਲੇ ਕਿੱਧਰ ਰਹਿ ਗਏ ਹੋਣਾ? ਰਵੀ ਦਾ ਮੈਚ ਹੀ ਚੱਲੀ ਜਾਂਦਾ ਸਾਹਮਣੇ ਵੀਰੇ, ਰਵੀ ਦਾ ਹੀ ਮੈਚ ਚੱਲੀ ਜਾਂਦਾ ਜੀ। ਰਾਮ ਰਾਮ ਬਾਈ ਜੀ, ਰਾਮ ਰਾਮ ਜੀ। ਸੁਖਨਾਲੇ ਓਕੇ ਵੀਰੇ, ਬਹੁਤ ਬਹੁਤ ਸ਼ੁਕਰੀਆ, ਸੁਖਨਾਲੇ ਦੀ ਟੀਮ ਜਿੱਤ ਗਈ ਹੈ ਜੀ ਗਰਾਊਂਡ ਨੰਬਰ 3 ਦੇ ਵਿੱਚੋਂ, ਪੱਲੂਵਾੜੇ ਦੀ ਟੀਮ ਨਹੀਂ ਆਈ ਤਾਂ ਕਰਕੇ ਜਿਹੜਾ ਸੁਖਨਾਲੇ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ। ਬਾਈ ਜੀ ਮੇਰੀ ਬੇਨਤੀ ਆਓ ਜੀ ਮਹਿਰਾਜ ਤੇ ਬਾਰੇਕ, ਮਹਿਰਾਜ ਤੇ ਬਾਰੇਕ ਦੀਆਂ ਟੀਮਾਂ ਉਹ ਅੱਗੇ ਮੈਚ ਖੇਡਣ ਗਰਾਊਂਡ ਨੰਬਰ 3 ਦਾ, ਸੋਨੇ ਆਹ ਮੈਚ ਕਰਵਾ ਦਿਓ ਚੰਗਾ ਵੀਰ, ਇੱਥੇ 3 ਨੰਬਰ ਗਰਾਊਂਡ ਦੇ ਵਿੱਚ ਮੈਚ ਕਰਵਾ ਦਿਓ,
ਆਓ ਜੀ ਬਾਰੇਕਾ ਤੇ ਮਹਿਰਾਜ ਦੀ ਟੀਮ। ਹਾਂਜੀ ਹਾਂਜੀ ਹਰਪ੍ਰੀਤ ਚਹਿਲ ਜੀ ਕੀ ਹਾਲ ਵੀਰੇ, ਮੈਚ ਖੇਡੇ ਜਾਣਾ ਨਾ। ਹਰਪ੍ਰੀਤ ਚਹਿਲ ਜੈਪੁਰ ਨਹੀਂ ਆਈ ਵੀਰੇ, ਨਹੀਂ ਆਈ ਜੀ। ਤਿੰਨ ਚ ਲਾਈਵ ਹੈ ਨੀ ਵੀਰੇ, ਜਸ ਬਰਾੜ ਜੀ ਤਿੰਨ ਚ ਲਾਈਵ ਨੀ ਜੀ ਕੋਈ। ਪੁਆਇੰਟ ਮੇਰੇ ਹਿਸਾਬ ਨਾਲ ਮੈਚ ਮੇਰੇ ਮਿੱਤਰੋ ਪਹੁੰਚ ਅੱਠ ਕੱਦੂ ਖੇਡਾ ਖਿਡਾਰੀਆਂ ਨੂੰ ਮਹਿਰਾਜ ਬਾਈ ਜੀ ਮੇਰੀ ਬੇਨਤੀ ਆ ਬਾਰੇਕਿਆਂ ਦੀ ਟੀਮ ਦੇ ਨਾਲ ਮੁੰਡੇ ਆਉਣ ਜੀ ਮਹਿਰਾਜ ਦੀ ਧਰਤੀ ਦੇ ਗਰਾਊਂਡ ਨੰਬਰ ਇੱਧਰ ਤਿੰਨ ਦੇ ਜੱਸਾ ਨਹੀਂ ਆਇਆ ਮੈਚ ਬਾਅਦ ਤੋਂ ਟਾਪ ਰਿਹਾ ਔਰ ਟੀਮਾਂ ਜਿਹੜੀਆਂ ਵੱਡੀਆਂ ਨੇ। ਕਿੰਨੇ ਹੋ ਗਏ ਸਕੋਰ ਜਹਨ? 11 ਬਿਲਾਸਪੁਰ ਵੀਰੇ ਮੈਚ ਚੱਲੀ ਜਾਂਦਾ ਜੀ, ਇਹ ਕੋਟ ਫੱਤਾ ਪਿੰਡ ਆ ਜੀ ਬਠਿੰਡੇ ਡਿਸਟ੍ਰਿਕਟ ਦਾ। ਮੈਚ ਆ ਕੈਮਰੇ ਸਾਹਮਣੇ ਕੰਦੂ ਖੜੀ ਟੀਮ, ਦੂਜੇ ਪਾਸੇ ਸਹਾਰਨਪੁਰ ਯੂਪੀ। ਪਤਾ ਨੀ ਬਹੁਤ ਵੱਡਾ ਧੰਨਵਾਦ ਆ ਇੱਧਰ ਟੀਮਾਂ ਜਿਹੜੀਆਂ ਐਂਟਰੀ ਕਰ ਗਈਆਂ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਹੈ। ਦੋਨੋਂ ਟੀਮਾਂ ਦੇ ਰਹਿੰਦੇ ਖਿਡਾਰੀ ਆ ਜਾਣਗੇ। 11 ਬਰਾਬਰੀ ਦਾ ਮੈਚ ਜਿਹੜਾ ਖੇਡ ਗਰਾਊਂਡ ਦੇ ਵਿੱਚ ਆ, ਮੇਰੇ ਟੀਮਾਂ ਜਿਹੜੀਆਂ ਬਹੁਤ ਵੱਡੀਆਂ ਨੇ ਔਰ ਸਿਰੇ ਦੀ ਟੱਕਰ ਜਿਹੜੀ ਖੇਡੀ ਜਾ ਰਹੀ ਹੈ ਵੀ ਖੁੱਲ੍ਹੇ ਜਿਹੇ ਮੈਦਾਨ ਵਿੱਚ ਖਿੱਚਤੀ ਲਕੀਰ ਤੇ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ, ਅੱਜ ਪਤਾ ਲੱਗ ਜਾਣਾ ਵੀ ਸਰੀਰ ਕਿਹਦਾ ਤਕੜਾ। ਹੈਲੋ ਇੱਕ ਨੰਬਰ ਗਰਾਊਂਡ ਦੇ ਵਿੱਚ ਵੀਰੇ ਨੰਬਰ ਲਾਸਟ ਆ ਗਿਆ, ਮੇਰੀ ਬੇਨਤੀ ਹੈ ਵੀਰੇ ਸੁਖਲੰਦੀ ਮੀਰਪੁਰ ਦੀਆਂ ਟੀਮਾਂ ਉਹ ਖਿਡਾਰੀ ਜਿਹੜੇ ਆਪਣੇ ਆਪ ਨੂੰ ਤਿਆਰ ਕਰ ਗਰਾਊਂਡ ਨੰਬਰ ਇੱਧਰ ਇੱਕ ਦੇ ਵਿੱਚ ਆ ਜਾਣਗੇ। ਲਓ ਸਾਹਮਣੇ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਮੁੰਡੇ ਧੰਨ ਧੰਨ ਕਰਵਾਈ ਆਉਂਦੇ ਆ ਵੀ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਆ ਅੜੀਅਲ ਘੋੜੇ ਨੇ ਚੰਦਰੇ ਕਰ ਹੀ ਜਾਂਦੇ ਮਨਮਾਨੀ ਰਾਜੇ ਖੁੱਲੇ ਹੱਟ ਪਿੱਛੇ ਮੋਢੀਆਂ ਪਾਉਂਦੀ ਫਿਰੇ ਜਵਾਨੀ। ਬਾਈ ਜੀ ਮਹਿਰਾਜ ਦੀ ਟੀਮ 11 ਬਰਾਬਰ ਫੇਰ ਚੇਂਜ ਆਪਰੇ। ਆਓ ਜੀ ਮਹਿਰਾਜ ਦੀ ਟੀਮ ਦੇ ਖਿਡਾਰੀ ਗਰਾਊਂਡ ਨੰਬਰ ਇੱਧਰ ਤਿੰਨ ਦੇ ਵਿੱਚ ਮੁੰਡੇ ਆਉਣ, ਮੇਰੀ ਬੇਨਤੀ ਆ ਭਰਾ ਬਣ ਕੇ ਇੱਧਰ ਬੜਾ ਵਧੀਆ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ। ਟੀਮਾਂ ਜਿਹੜੀਆਂ ਵੱਡੀਆਂ ਨੇ 11 ਬਰਾਬਰੀ ਦਾ ਮੈਚ ਜਿਹੜਾ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਇੱਕ ਨੰਬਰ ਗਰਾਊਂਡ ਦੀਆਂ ਵੀ ਟੀਮਾਂ ਚੰਗੀਆਂ ਨੇ, 2 ਨੰਬਰ ਗਰਾਊਂਡ ਦੇ ਵਿੱਚ ਪਟਾਕੇ ਪੈ ਰਹੇ ਆ ਔਰ 3 ਨੰਬਰ ਗਰਾਊਂਡ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਰਹਿੰਦੇ ਪਲੇਅਰ ਜਿਹੜੇ ਉਹ ਜਾਣਗੇ ਭਰਾ ਬਣ ਕੇ ਤਾਂ ਜੋ ਆਪਾਂ ਮੈਚਾਂ ਨੂੰ ਕੰਟੀਨਿਊ ਰੱਖੀਏ ਮੇਰੇ ਮਿੱਤਰੋ। ਦੂਸਰੇ ਰਾਊਂਡ ਦੀਆਂ ਔਰ ਗੱਲਾਂ ਬਾਤਾਂ ਵੱਡੀਆਂ ਹੋਣਗੀਆਂ, ਖਿਡਾਰੀ ਵੀ ਚੋਟੀ ਦੇ ਆ ਤੇ ਤਿਉਣ ਪਿੰਡ ਆ ਪ੍ਰਦੀਪ ਦਾ ਮੇਰੇ ਮਿੱਤਰੋ ਜਿਹੜੇ ਬਠਿੰਡੇ ਦਾ ਵੱਡਾ ਚੋਟੀ ਦਾ ਮੱਲ ਬਣ ਗਿਆ ਖਿਡਾਰੀ ਦੇ ਔਰ ਚਰਚੇ ਹੁੰਦੇ ਆ ਵੀ ਕੱਚੀ ਪੁੱਛੋ ਭਾਈ ਕੀ ਕਸਹਿਰੇ ਆਉਂਦਾ ਚੋਰ ਵਾਲਾ ਭਾਗੂ ਦੇ ਸਰੋਤੇ ਉਹ ਰੁੱਖੇ ਜੇ ਲੋਕ ਦੱਸੀ ਦੇ ਬੀਬੀ ਵਾਲਾ ਦੁੱਧ ਵਾਲਾ ਵੇਚਦੇ ਬਾਜ਼ਾਰ ਵਿੱਚ ਸ਼ਮੀਰ ਕਰ ਵੇਲਾਂ ਦਾ ਪਿਆ ਕਮੇੜੇ ਲੱਸੀ ਦੇ ਸੰਤ ਲੈਣਾ ਪੈਂਦੀ ਆ ਬਠਿੰਡੇ ਸ਼ਹਿਰ ਵਿੱਚ ਮਹਿਰਾਜ ਵਾਲੇ ਮੁੰਡੇ ਵੀ ਆ ਗਏ ਆ, ਇਹਨਾਂ ਦਾ ਵੀ ਵੱਡਾ ਧੰਨਵਾਦ ਹੈ ਔਰ ਟੀਮਾਂ ਇੱਧਰ ਵੀ ਚੋਟੀ ਦੀਆਂ ਨੇ ਮੇਰੇ ਮਿੱਤਰੋ, ਖੇਡਦੇ ਗਰਾਊਂਡਾਂ ਦੇ ਮੁੰਡੇ ਸ਼ਿੰਗਾਰ ਬਣੇ ਹੋਏ ਆ। Yeah.
ਸਕੋਰ 12-11 ਹੋ ਗਏ ਮੇਰੇ ਹਿਸਾਬ ਨਾਲ ਵੀਰੇ, 12 ਕੰਦੂਖੇੜਾ, 11 ਸਹਾਰਨਪੁਰ ਯੂਪੀ, 12-11 ਰਵੀ ਦੇ, 11 ਪ੍ਰਦੀਪ ਦਿਓ ਦੇ, 12 ਬਾਈ ਇਧਰ 14 ਤੇ 11 ਦੀ ਟੱਕਰ, ਕਿੰਨੇ ਤੇ ਆਪਾਂ ਵੀਰੇ 17 ਦੇ ਆਪਾਂ ਰਾਓ ਸਾਹਮਣੇ, ਇੱਧਰ ਮੇਰੇ ਮਿੱਤਰੋਂ ਇਹਦੇ ਜ਼ੋਰ ਲਾਉਣਾ ਪੈਣਾ ਕੋਟ ਸੁਮੀਰ ਵਾਲਿਓ ਤੇ ਗੱਲਾਂ ਹੋਣਗੀਆਂ ਨਵੀਆਂ। ਔਰ ਜੇ ਕਹਿੰਦੇ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਫਸਲਾ ਕਿਹੜੇ ਨਗਰ ਦੇ ਵਿੱਚ ਆ ਤੇ ਉਹ ਕੋਟ ਸੁਮੀਰ ਪਿੰਡ ਦੇ ਵਿੱਚ ਫਸਲਾ ਹੈ। ਔਰ ਮਾਸਟਰ ਲਾਲ ਸਿੰਘ ਜੀ ਨੇ ਮੇਰਾ ਪਿੰਡ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ। ਬਾਈ ਜੀ ਮੇਰੀ ਬੇਨਤੀ ਆ ਗਰਾਊਂਡ ਨੰਬਰ 3 ਦਾ ਮੈਚ ਸ਼ੁਰੂ ਕਰੋ ਸੁਖਨਾਲੀਓ। ਵੀਰੇ ਰੈਫਰੀ ਹੈਗੇ ਇੱਥੇ ਕੋਈ ਮਾਲ ਫੜ ਕੇ ਵੀਰੇ ਮੈਚ ਸ਼ੁਰੂ ਕਰਵਾ ਯਾਰ ਭਰਾ ਬਣ ਕੇ ਦੋਨੋਂ ਟੀਮਾਂ ਦੇ ਰਹਿੰਦੇ ਖਿਡਾਰੀ ਆ ਜਾਂਦੀ। ਬਾਰਾਂ 11 ਪੁਆਇੰਟ ਆ ਵੀਰੇ, 12-11 ਜੀ, 12 ਕੰਦੂਖੇੜਾ, 11 ਸਹਾਰਨਪੁਰ ਯੂਪੀ, 11-12 ਚ 11-12 ਮੇਰੇ ਖਿਆਲ ਇੱਕ 12 ਬਰਾਬਰ ਹੋ ਗਏ ਪੁੱਛੀ ਬਾਈ 12 ਬਰਾਬਰ 11-12 ਅੱਛਾ 11-12 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਬਹੁਤ ਚੋਟੀ ਦਾ ਮੁਕਾਬਲਾ ਮੇਰੇ ਮਿੱਤਰੋ ਜੋ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇੱਧਰ ਨੰਬਰ 15 ਹੋ ਗਏ ਵੀਰੇ, ਗੇਮ ਲਾਸਟ ਆ ਗਿਆ, ਇੱਧਰ ਨੰਬਰ ਲਾਸਟ ਆ ਗਿਆ। ਆਓ ਜੀ ਮੀਰਪੁਰ ਤੇ ਸੁਖਲੱਦੀ, ਸੁਖਲੱਦੀ ਵਾਲੇ ਗਰਾਊਂਡ ਦੇ ਵਿੱਚ ਹੀ ਨੇ। ਮੀਰਪੁਰ ਦੀ ਟੀਮ ਨੂੰ ਮੇਰੀ ਬੇਨਤੀ ਹੈ 12 ਬਰਾਬਰ ਬਾਰੇ ਕਹਿੰਦਾ ਮੈਚ ਮਹਿਰਾਜ ਨਾਲ ਆਇਆ ਵਿਜੇ ਕੁੜੀ ਅਵਰੇ ਮਹਿਰਾਜ ਨਾਲ ਜੀ। ਕੋਟ ਸੁਮੀਰ ਓਕੇ ਜੀ, ਇੱਧਰ ਕੋਟ ਸੁਮੀਰ ਦੀ ਟੀਮ ਜਿਹੜੀ ਜਿੱਤ ਗਈ ਹੈ ਬਹੁਤ ਵੱਡਾ ਧੰਨਵਾਦ ਮੇਰੇ ਤੋਂ ਵੀਰਾਂ ਦਾ ਕਰਦਾ। ਆਓ ਜੀ ਮੀਰਪੁਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਖਿਡਾਰੀ ਜਿਹੜੇ ਆ ਜਾਣਗੇ ਲੈ ਕੋਟ ਸੁਮੀਰ ਵਾਲਿਓ ਬਾਈ ਮੈਚ ਕਰਵਾ ਦਿਓ ਯਾਰ ਵੀਰ ਬਣ ਕੇ। ਕੋਟ ਸੁਮੀਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਵੀਰ ਜਿਹੜੇ ਸਾਡੇ ਮੈਚ ਜ਼ਰੂਰ ਕਰਵਾ ਦੇਣਗੇ। ਔਰ ਮੁੰਡੇ ਪਹਿਲਾਂ ਜਿੱਤ ਕੇ ਗਏ ਹਨ ਨਵੀਆਂ, ਬੜਾ ਸੋਹਣਾ ਮੁਕਾਬਲਾ ਜਿਹੜਾ ਉਹ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ। ਟੀਮਾਂ ਇੱਧਰ ਵੀ ਵੱਡੀਆਂ ਨੇ, ਉਹ ਚੋਟੀ ਦੇ ਮੱਲਾਂ ਦੀ ਟੱਕਰ ਜਿਹੜੀ ਉਹ ਖੇਡ ਗਰਾਊਂਡ ਦੇ ਵਿੱਚ ਹੈ। ਲਓ ਸਾਹਮਣੇ ਤਕੜਾ ਮੈਚ ਹੈ ਜਿਹੜਾ ਖੇਡਿਆ ਜਾ ਰਿਹਾ ਨਵੀਆਂ। ਬਹੁਤ ਧੰਨਵਾਦ ਜੀ ਅਸਦੀਪ ਉੱਪਲ, ਕੈਨੇਡਾ ਨੇ ਸਟਾਰ ਭੇਜਿਆ ਚਨੇਰ ਵਾਲੇ ਨੇ, ਬਹੁਤ ਧੰਨਵਾਦ ਜੀ ਅਸਦੀਪ ਉੱਪਲ ਕੈਨੇਡਾ ਬਾਈ ਪੂਰੇ ਪੈਣਗੇ ਸਟਾਰ ਭੇਜਣ ਵਾਸਤੇ ਧੰਨਵਾਦ। ਡੰਗ ਗੱਡੋਏ ਜਾਂ ਮੜਾਪ ਥੋੜਾ ਬਈ ਗੱਲ ਖਰਾਬ ਆ ਜੀ, ਅੱਜ ਕਮੈਂਟ ਘੱਟ ਪੜਾਂਗੇ ਜੀ, ਮਾਫੀ ਚਾਹੁੰਦੇ ਆ ਥੋੜੇ ਜਿਹੇ ਗੱਲ ਵੀ ਖਰਾਬ ਆ ਬਈ ਪੜਾਂਗੇ ਵੀ ਘੱਟ ਗੱਲ ਸੱਚ ਕਹਿ ਗਿਆ ਭਾਈ ਜੀ। ਇੱਧਰ ਮੇਰੀ ਬੇਨਤੀ ਹੈ ਗਰਾਊਂਡ ਨੰਬਰ 3 ਦੇ ਵਿੱਚ ਸੁਖਰ ਵਾਲੀਆ ਬਾਲ ਫੜੋ ਯਾਰ ਵੀਰੇ, ਖੜਾ ਹੋ ਕੇ ਬਾਲ ਫੜ ਭਰਾ ਜਿਹੜੇ ਰਹਿ ਗਏ ਬਸ ਠੀਕ ਹੈ। ਮਾਰ ਵਿਸੋ ਸੋਹਣੇ ਵੀਰ ਜ਼ਿਆਦਾ ਸਮਾਂ ਲੱਗ ਰਿਹਾ, ਆਪਾਂ ਜ਼ਿਆਦਾ ਸਮਾਂ ਨਾ ਲਾਈਏ, ਮੇਰੀ ਬੇਨਤੀ ਆ ਵੀਰ ਸਾਡਿਆਂ ਨੂੰ। ਔਰ ਜੀ ਮੀਰਪੁਰ ਦੀ ਟੀਮ ਬਾਈ ਜੀ ਮੀਰਪੁਰ ਦੀ ਟੀਮ ਦੇ ਰਹਿੰਦੇ ਖਿਡਾਰੀ ਆਉਣ ਜੀ ਇੱਧਰ ਗਰਾਊਂਡ ਨੰਬਰ 1 ਦੇ ਵਿੱਚ। ਆਓ ਯਾਰ ਭਰਾ ਬਣ ਕੇ ਸਾਂਭੀਏ ਸਮੇਂ ਨੂੰ ਆਪਾਂ, ਬਹੁਤ ਚੋਟੀ ਦੇ ਮੁਕਾਬਲੇ ਜਿਹੜੇ ਉਹ ਅੱਜ ਆਪਣੇ ਕੋਲ ਖੇਡੇ ਜਾਣਗੇ, ਵੱਡੇ ਸੱਟ ਜਿਹੜੇ ਉਹ ਮੇਰੇ ਮਿੱਤਰੋਂ ਬਣ ਕੇ ਆਏ ਆ। ਦੂਜਾ ਲਾਈ ਵਾਲੀਬਾਲ ਬਠਿੰਡਾ ਵੀਰੇ,
ਕੋਸ਼ਿਸ਼ ਕਰ ਲਓ ਤਾਂ ਪੁਆਇੰਟ ਵੀਰੇ 12 ਬਰਾਬਰ ਆ ਜੀ, 12 ਬਰਾਬਰ ਪੁਆਇੰਟ ਆ ਵੀਰੇ। ਦੂਜਾ ਰਾਊਂਡ ਚੱਲ ਪਿਆ, ਦੂਜਾ ਰਾਊਂਡ ਵੀਰੇ ਸਕੋਰ ਲੱਗ ਗਿਆ 13-12 ਹੋ ਗਏ ਵੀਰੇ, 13-12 ਜੀ। ਦੂਜਾ ਲਾਈ ਵਾਲੀਬਾਲ ਬਠਿੰਡਾ ਵੀਰੇ, 13-12 ਸਕੋਰ ਹੋ ਗਏ ਜੀ, 13 ਕੰਦੂਖੇੜਾ, 12 ਰਵੀ ਭਾਦਰਗੜ੍ਹ। ਠੀਕ ਆ ਜੱਗੇ ਬਾਈ। ਬਾਈ ਜੀ ਮੀਰਪੁਰ ਦੀ ਟੀਮ ਦੇ ਰਹਿੰਦੇ ਖਿਡਾਰੀ ਆਉਣ ਵੀਰ, ਆਓ ਯਾਰ ਮੀਰਪੁਰੀ ਮੁੰਡੇ, ਬਾਈ ਕੋਟਸਮੀਰ ਵਾਲੇ ਬੈਠੋ ਬਾਈ ਯਾਰ ਜੀ। 17 ਦਾ ਮੈਚ ਆ, 17 ਦਾ ਵੀਰੇ ਟੋਟਲ ਟੀਮ ਆ 32 ਬਾਈ ਜੀ। ਕੋਟਸਮੀਰ ਦੀ ਟੀਮ ਆ ਕੇ ਮੈਚ ਕਰਾਵੇ, ਕੋਟਸਮੀਰ ਦੀ ਟੀਮ। ਤੀਜਾ ਲਾਈਵ ਹੈ ਨੀ ਵੀਰੇ, ਬਿੱਲਾ ਤੰਦੂਰ ਗਰਾਊਂਡ ਦੇ ਵਿੱਚ ਕੋਟਸਮੀਰ ਦੀ ਟੀਮ ਆ ਕੇ ਮੈਚ ਕਰਾਵੇ। ਹਾਂ ਬਿਲਕੁਲ ਤੰਦੂਰ ਜੀ, ਬੜੀ ਬੇਨਤੀ ਆ ਵੀਰ ਸਾਡਿਆਂ ਨੂੰ। 13-12 ਬਿੱਲਾ ਤੰਦੂਰ ਚਾ ਜੀ, ਬਿਲਕੁਲ ਉਧਰ ਕੁੱਟਣ ਲੱਗੇ ਵੀ ਕਿਹੜੀ ਰੀਂਜ ਵੜ ਗਏ ਵੀ। ਹੁਣ ਵੀ ਤੂੰ ਫੜਕੀ ਲਾਏਗਾ ਬੰਦੇ ਦਾ ਦੋਈ ਹੋ ਤੁਸੀਂ। ਭਾਈ ਜੀ ਕੋਟਸਮੀਰ ਦੀ ਟੀਮ ਆ ਕੇ ਮੈਚ ਕਰਾਓ ਜੀ, ਨਾਰੀ ਜੀ ਬੈਠੇ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਹੈ। ਇੱਧਰ ਓਏ ਹੁੰਡਾਕਿਆਂ ਦੇ ਜੈਲਦਾਰਾਂ ਦਾ ਵੀ ਪੁੱਜਾ ਹੋਇਆ ਜੀ ਆਪਣੇ ਕੋਲ, ਸੁਖਲਦੀ ਵਾਲਿਓ ਮੱਲੋ ਸੇਟਾ ਬਈ ਜਲਦੀ ਕਰੋ ਵੀਰ ਬਣ ਕੇ। ਸੁੱਖਣ ਵਾਲੇ ਤੇ ਮੈਚ ਹੋ ਗਿਆ, ਸੁੱਖਣ ਵਾਲੇ ਦਾ ਵੀਰੇ ਟੀਮ ਨਹੀਂ ਸੀ ਆਈ, ਅਗਲੀ ਬਾਕਰੋ ਬਾਕਓਪਰਾ ਸੁੱਖਣ ਵਾਲੇ ਨੂੰ, ਕਮਲਪ੍ਰੀਤ ਰਵਾਣਾ ਕੈਨੇਡਾ ਬਾਈ। ਉਧਰ ਗਰਾਊਂਡ ਨੰਬਰ 3 ਦੇ ਵਿੱਚ ਵੀ ਬੜਾ ਸੋਹਣਾ ਮੁਕਾਬਲਾ ਜਾ ਰਿਹਾ, ਇੱਕ ਪਾਸੇ ਮੈਂ ਵੇਖਦਾ ਦਾ ਪਾਰੇਗਾ ਪਿੰਡ ਬਈ ਵਾਲਾ ਚੌਂਟੀ ਪੁੱਜਾ ਹੋਇਆ, ਬਾਈ ਜੀ ਪਾਣੀ ਜ਼ਰੂਰ ਪਹੁੰਚਦਾ ਕਰੋ ਜੀ ਗਰਾਊਂਡ ਦੇ ਅੰਦਰ, ਪਾਣੀ ਕਹਿੰਦੇ ਲਾਈਵ ਪਾਣੀ ਵਾਲੇ ਵੀਰ ਨੂੰ ਮੇਰੀ ਬੇਨਤੀ ਆ ਆਜ ਨਾ ਚੱਲੀ, ਪਾਣੀ ਜ਼ਰੂਰ ਪਹੁੰਚਦਾ ਕਰ ਦੇਵੇ ਗਰਾਊਂਡ ਨੰਬਰ 3 ਦੇ ਅੰਦਰ, ਸੋਰੀ 2 ਦੇ ਵਿੱਚ ਕੈਪਰ ਚੱਕ ਕੇ ਖਾ ਦੇ ਵਿੱਚ ਇੱਕ। ਵਧੀਆ ਵਧੀਆ ਹਰਵਿੰਦਰ ਚੰਗਾਲੀ ਵਾਲਾ, ਵਧੀਆ ਵੀਰੇ, ਦੋ ਤੇ ਹੀ ਆਪਣਾ ਲਾਈ, ਦੋ ਤੇ ਹੀ ਵੀਰੇ ਕੁਲਵੀਰ ਬਾਈ, ਬਹੁਤ ਵੱਡਾ ਧੰਨਵਾਦ ਆ ਸੋਹਣਿਆ ਵੀਰਾ, ਹਾਸੀਆਂ ਖੇਡੀਆਂ ਇਹਨੇ ਨੌਜਵਾਨਾਂ ਵੀ, ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕਦੀ ਭਾ ਸੱਜਣਾ, ਇੱਥੇ ਰੋਂਦੇ ਚਿਹਰੇ ਵਿਕਦੇ ਨੀ ਤੂੰ ਹੱਸਣ ਦੀ ਆਦਤ ਸੱਜਣਾ, ਔਰ ਹੱਸਣਾ ਖੁਦਣਾ ਮਨ ਕਾ ਚਾਉ ਲਿਖਿਆ ਵਿੱਚ ਗੁਰਬਾਣੀ, ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਗਰਾਊਂਡਾਂ ਦੇ ਵਿੱਚ ਹਾਣੀ, ਔਰ ਇੱਧਰ ਮੈਚ ਬੜਾ ਚੁੱਟੀ ਦਾ ਬਾਈ ਜੀ, ਬਾਲ ਫੜੋ ਯਾਰ ਵੀਰੇ ਗਰਾਊਂਡ ਨੰਬਰ 1 ਦੀ ਮੈਚ ਸ਼ੁਰੂ ਕਰੋ ਜੀ, ਭਰਾ ਬਣ ਕੇ ਮੇਰੀ ਬੇਨਤੀ ਆ
ਮੈਚ ਆਪਾਂ ਸ਼ੁਰੂ ਕਰ ਦਈਏ ਗਰਾਊਂਡ ਨੰਬਰ 1 ਦਾ ਬੜਾ ਟੌਪ ਦਾ ਮੁਕਾਬਲਾ ਜਿਹੜਾ ਇੱਧਰ ਮੈਨੂੰ ਲੱਗਦਾ ਵੀ ਸ਼ੁਰੂ ਹੋ ਚੁੱਕਿਆ ਹੈ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਖਿਡਾਰੀ ਜਿਹੜੇ ਆਪਣੇ ਆਪ ਨੂੰ ਤਿਆਰ ਕਰਕੇ ਉਹ ਗਰਾਊਂਡਾਂ ਵੱਲ ਜ਼ਰੂਰ ਆ ਜਾਣਗੇ ਛੱਡਤੀ ਹੁਣ ਹਾਂਜੀ ਹਾਂਜੀ ਕੱਲ੍ਹ ਨੂੰ ਆਵਾਂਗੇ ਹਰਵਿੰਦਰ ਵੀਰੇ ਪਹੁੰਚਾਂਗੇ ਜੀ ਤੁਹਾਡੇ ਏਰੀਏ 'ਚ ਪਾਰਟੀ ਕੱਲ੍ਹ ਨੂੰ ਤੇਰੇ ਵੱਲ ਹੀ ਆ ਹਰਵਿੰਦਰ ਮੰਤਰ ਮਾਰਤੇ ਤਿੰਨ ਨੰਬਰ ਦੇ ਤੇ ਕਿੰਨੇ ਹੋ ਗਏ ਸਕੋਰ 15-14 ਸਕੋਰ ਆ ਜੀ 15-14 15 ਕੰਦੂਖੇੜਾ 14 ਸਹਾਰਨਪੁਰ ਰਵੀ ਦੇ 14 ਜੀ ਪ੍ਰਦੀਪ ਦਿਓਨ ਦੇ 15-14 17 ਦੀ ਗੇਮ ਹੈ ਠੀਕ ਆ ਠੀਕ ਆ ਹਰਵਿੰਦਰ ਮੀਨੋ ਭੇਜੀ ਕੀ ਕੁਛ ਆ ਮਾੜਾ ਜਿਹਾ ਮੀਨੋ ਭੇਜਦੀ ਜ਼ਰੂਰ ਹਰਵਿੰਦਰ ਫਿਰ ਕਰੀਏ ਸਿਲੈਕਟ ਇੱਕ ਤੇ ਲਾਈ ਵਾਲੀਬਾਲ ਬਠਿੰਡਾ ਵੀਰੇ ਬਹੁਤ ਬੜਾ ਧੰਨਵਾਦ ਨਹੀਂ ਆਇਆ ਵੀਰੇ ਸ਼ਾਸਤਰੀ ਨਹੀਂ ਅਗਲਾ ਮੈਚ ਖੇਡਣ ਲਈ ਟੀਮ ਆਉਣ ਜੀ ਭਰਾ ਬਣ ਕੇ ਮੇਰੀ ਬੇਨਤੀ ਹੈ ਇੱਧਰ ਗਰਾਊਂਡ ਨੰਬਰ 1 ਦੇ ਵਿੱਚ ਅਗਲਾ ਮੈਚ ਖੇਡਿਆ ਜਾਣਾ ਜਿਹੜਾ ਲਾਸਟ ਪੁਆਇੰਟ ਆ ਗਿਆ ਵੀਰੇ ਕੰਦੂਖੇੜੇ ਦਾ ਲਾਸਟ ਪੁਆਇੰਟ ਜੀ ਕੰਦੂਖੇੜੇ ਦਾ ਲਾਸਟ ਪੁਆਇੰਟ ਕੰਦੂਖੇੜੇ ਦਾ ਲਾਸਟ ਪੁਆਇੰਟ ਆ ਜੀ ਰਵੀ ਦਾ ਮੈਚ ਹੀ ਚੱਲੀ ਜਾਂਦਾ ਸਾਹਮਣੇ ਵੀਰੇ ਤੂਫਾਨ ਨਹੀਂ ਆਇਆ ਜੀ ਤੂਫਾਨ ਨਹੀਂ ਆਇਆ ਵੀਰੇ ਠੀਕ ਆ ਠੀਕ ਆ ਅਰਵਿੰਦਰ ਬਾਈ ਧੰਨਵਾਦ ਬਹੁਤ ਬਹੁਤ ਬਾਈ ਰਵੀ ਦਾ ਮੈਚ ਹੀ ਚੱਲੀ ਜਾਂਦਾ ਸਾਹਮਣੇ ਵੀਰੇ ਜੈਪੁਰ ਨਹੀਂ ਆਈ ਬਾਈ ਜੀ ਅਗਲਾ ਮੈਚ ਖੇਡਣ ਲਈ ਗਰਾਊਂਡ ਨੰਬਰ 1 ਦੇ ਵਿੱਚ ਟੀਮਾਂ ਹੁਣ ਮੇਰੀ ਬੇਨਤੀ ਹੈ ਬਾਈ ਜੀ ਸੰਦੋਹਾ ਤੇ ਚੈਣੇਵਾਲ ਇਹ ਟੀਮਾਂ ਹੁਣ ਜੀ ਗਰਾਊਂਡ ਨੰਬਰ 1 ਦੇ ਵਿੱਚ ਅਗਲਾ ਮੈਚ ਖੇਡਣ ਲਈ ਮੇਰੀ ਬੇਨਤੀ ਹੈ ਭਰਾ ਸਾਡਿਆਂ ਨੂੰ ਹਰ ਗਰਾਊਂਡ ਨੰਬਰ 3 ਦੇ ਵਿੱਚ ਆਓ ਜੀ ਕੋਟ ਸੁਭੀਰ ਤੇ ਨਾਲ ਝੰਡੂਗੇ ਜੱਸਾ ਨਹੀਂ ਆਇਆ ਸੁਖਰਾਣਾ ਵੀਰੇ ਬਾਰੇ ਕਹਿੰਦਾ ਮੈਂ ਮਹਿਰਾਜ ਨਾਲ ਚੱਲੀ ਜਾਂਦਾ ਵੀਰੇ ਲਾਈਵ ਹੈ ਨਹੀਂ ਉੱਥੇ ਕੋਈ ਜੀ ਮਹਿਰਾਜ ਨਾਲ ਚੱਲੀ ਜਾਂਦਾ ਬਾਰੇ ਕਹਿੰਦਾ ਮੈਚ ਵੀਰੇ ਇੱਧਰ 14-16 ਸਕੋਰ ਆ ਜੀ 14 ਰਵੀ ਭਾਦਰਗੜ੍ਹ ਸਹਾਰਨਪੁਰ ਦੀ ਟੀਮ ਦੇ 16 ਕੰਦੂਖੇੜਾ ਪ੍ਰਦੀਪ ਦਿਓਨ ਦੇ 16 ਜੀ ਆ ਜਾਓ ਵੀਰੇ ਯਾਰ ਚੰਗਾ ਭਰਾ ਬਣ ਕੇ ਕੋਟ ਸਮੀਰ ਵਾਲਿਓ 3 ਨੰਬਰ ਗਰਾਊਂਡ ਦੇ ਵਿੱਚ ਮੈਚ ਖੇਡਣ ਲਈ ਯਾਰ ਪਹਿਲਾਂ ਤਾਂ ਮੈਨੂੰ ਤੁਹਾਡੇ ਵਾਲੇ ਕਹਿੰਦੇ ਬਾਈ ਕਰਾ ਦੇ ਤੂੰ ਕਹਿੰਦਾ ਕਰਾਈ ਸੰਘਰਾਣਾ ਜੀ ਨਹੀਂ ਆਇਆ ਖੌਫ ਵੀਰੇ
ਕੋਈ ਗੱਲ ਨੀ ਕੋਈ ਗੱਲ ਨੀ, ਕੋਈ ਦਿੱਕਤ ਨੀ, ਭਰਾ ਬਣ ਕੇ ਆਓ ਜੀ ਗਰਾਊਂਡ ਨੰਬਰ 3 ਦੇ ਵਿੱਚ ਅਗਲਾ ਮੈਚ ਟੀਮ ਆ। ਹੈਲੋ ਗਰਾਊਂਡ ਨੰਬਰ 3 ਦੇ ਵਿੱਚ ਅਗਲਾ ਮੈਚ ਖੇਡਣ ਲਈ ਬੇਨਤੀ ਆ। ਜੋਧਪੁਰੀਆ ਨਹੀਂ ਆਈ ਵੀਰੇ, ਜੋਧਪੁਰੀਆ ਨਹੀਂ ਆਈ ਜੀ। 14-16 ਸਕੋਰ ਆ ਵੀਰੇ, 14 ਰਵੀ, ਓਏ ਬਾਲ ਓਏ ਦਿਆਉਣ ਵਾਲਿਆ ਯਾਰ, 16-14 ਫਿਰ ਦੇ ਦਿਆ ਵੀਰੇ। ਲਾਸਟ ਪੁਆਇੰਟ ਕੰਦੂ ਖੇੜੀ ਟੀਮ ਦਾ ਲਾਸਟ ਪੁਆਇੰਟ। ਹੈਲੋ ਬਾਈ ਜੀ, ਗਰਾਊਂਡ ਨੰਬਰ 3 ਦੇ ਵਿੱਚ ਅਗਲਾ ਮੈਚ ਖੇਡਣ ਲਈ ਟੀਮ ਆਉਣ ਜੀ, ਦਿਆਉਣਾ ਤੇ ਦੇਸੂ ਮਲਕਾਣੇ ਦੀਆਂ ਟੀਮਾਂ ਗਰਾਊਂਡ ਨੰਬਰ 3 ਦੇ ਵਿੱਚ ਆ ਜਾਣ। ਦਸੌਂਦੀਆਂ ਤੇ ਸੁਖਰ ਵਾਲੇ ਦੇ ਖਿਡਾਰੀ ਜਿਹੜੇ ਉਹ ਆ ਜਾਣਗੇ ਬਾਈ 2 ਨੰਬਰ ਗਰਾਊਂਡ ਦੇ ਵਿੱਚ। ਮੈਚ ਜਿਹੜੇ ਲਗਭਗ ਸਮਾਪਤੀ ਦੇ ਵੱਲ ਆ, ਅਗਲਾ ਮੈਚ ਬਹੁਤ ਤਕੜਾ ਲੱਗਣਾ ਵੀਰੇ। ਦਸੌਂਦੀਆਂ ਸਾਰਿਆਂ ਨੂੰ ਵੀ ਬਾਈ ਬਣ ਕੇ ਸੁਖਰ ਵਾਲਾ ਸੌਂਪਾਂਗੇ, ਸੁਖਰ ਵਾਲਾ ਤੇ ਦਸੌਂਦੀਆਂ ਦੀ ਟੀਮ ਗਰਾਊਂਡ ਨੰਬਰ 2 ਦੇ ਵਿੱਚ ਆ ਜਾਣਗੇ ਔਰ 3 ਨੰਬਰ ਗਰਾਊਂਡ ਦੇ ਵਿੱਚ ਟਾਉਣਾ ਤੇ ਦੇਸੂ ਮਲਕਾਣੇ ਦੇ ਖਿਡਾਰੀ ਜਿਹੜੇ ਉਹ ਖੇਡਣ ਦੇ ਲਈ ਆ ਜਾਣਗੇ 1 ਨੰਬਰ ਗਰਾਊਂਡ ਦੇ ਵਿੱਚ। ਅਗਲਾ ਜਿਹੜਾ ਮੈਚ ਖੇਡਿਆ ਜਾਣਾ ਉਹ ਚੈਣੇ ਵਾਲ ਦੇ ਡਾਕਟਰ ਸੰਦੋਹੇ ਦਾ ਮੈਚ ਹੋਵੇਗਾ। ਅੱਜ ਆਪਣੇ ਕੋਲ ਮੇਰੇ ਮਿੱਤਰੋ ਵੀਰਪੁਰ ਦੀ ਟੀਮ ਦੇ ਨਾਲ ਖੇਡਿਆ ਜਾ ਰਿਹਾ ਹੈ, ਪਰ ਲੋਕਾਂ ਦੀ ਇਕੱਲੀ ਇਕੱਲੀ ਅੱਖ ਜਿਹੜੀ ਉਹ ਗਰਾਊਂਡ ਨੰਬਰ 2 ਦੇ ਉੱਤੇ ਟਿੱਕੀ ਹੋਈ ਹੈ। ਟੀਮਾਂ ਇੱਧਰ ਵੱਡੀਆਂ ਨੇ, ਉਹ ਵੱਡੇ ਵੱਡੇ ਖਿਡਾਰੀ ਜਿਹੜੇ ਉਹ ਆ ਗਏ ਹਨ। ਜਾਂਦਾ 3 ਨੰਬਰ ਗਰਾਊਂਡ ਦੇ ਵਿੱਚ ਮੰਡੀ ਕਲਾਂ ਦਾ ਪਿੱਕੀ ਪੁੱਜਿਆ ਹੋਇਆ ਹੈ। ਚੈਣੇ ਵਾਲ ਦਾ ਮੈਚ 1 ਤੇ ਐਵਰੇ ਮੀਰਪੁਰ ਵਾਲੇ ਤੇ ਲਾਈ ਬਾਲੀਵਾਲ ਬਠਿੰਡਾ, ਬਾਲੀਵਾਲ ਬਠਿੰਡਾ 1 ਤੇ ਜੀ। ਬਹੁਤ ਬੜਾ ਧੰਨਵਾਦ ਹੈ ਉਧਰ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਸਾਥੀ ਬੁਲਾਰਾ ਭਰਾ ਸਾਡਾ 15-16 ਸਕੋਰ ਹੋ ਗਏ ਵੀਰੇ। 15 ਸਾਡਾ ਸੋਨੀ ਸ਼ਰਮਾ ਕੋਟ ਫਤੇ ਵਾਲਾ 15-16 ਪੁਆਇੰਟ ਹੋ ਗਏ ਵੀਰੇ, ਧੰਨਵਾਦ ਹੈ। 15-16 ਆਪਣੇ ਜਿਹੜੇ 2 ਬੋਲ ਜ਼ਰੂਰ ਸਾਡੇ ਕਰਨਗੇ ਵੀਰ ਦੇ 15 ਮੇਰੀ ਬੇਨਤੀ ਹੈ ਸਾਡੇ ਵੀਰ ਦੇ 16 ਵੀ ਉਹ ਵੀਰ ਵੀ ਜ਼ਰੂਰ ਸਪਾਰਾ ਦੀ ਗੇਮ ਹੈ ਔਰ ਕਈ ਸਾਲ ਪਹਿਲਾਂ ਮੁਲਾਕਾਤਾਂ ਹੋਈਆਂ ਸੀ ਬਾਈ ਦੇ ਨਾਲ। ਲਾਈਵ ਬਾਲੀਵਾਲ ਬਠਿੰਡਾ, ਦੂਜਾ ਮਨੀਸ਼ ਮਟੌਰ ਜੀ ਅੱਜ ਫੇਰ ਬਾਲੀਵਾਲ ਬਠਿੰਡਾ ਦਰਸ਼ਨ ਹੋਏ ਆ। 2 ਲਾਈਵ ਵੀਰ ਦੇ ਨੌਜਵਾਨ ਤੇ ਚਰਚੇ ਉਦੋਂ 1 ਤੇ ਲਾਈਵ ਬਾਲੀਵਾਲ ਬਠਿੰਡਾ ਬਈ ਯਾਰ ਹੈਪੀ ਦੀ ਬਾਹਲੀ ਚੜਾਈ ਸੀ ਕਬੱਡੀ ਦੇ ਭਜਨੀ ਮੁਕਾਬਲਿਆਂ ਦੇ ਵਿੱਚ ਔਰ ਉਹਦੀ ਵੀ ਗੱਲਬਾਤ ਜਿਹੜੀ ਬਹੁਤ ਵੱਡੀ ਹੁੰਦੀ ਰਹੀ ਹੈ ਸਮੇਂ ਸਮੇਂ ਦੀਆਂ ਬਾਤਾਂ ਨੇ ਨੌਜਵਾਨ ਔਰ ਮੇਰੀ ਬੇਨਤੀ ਆ ਵੀਰ ਬਣ ਕੇ ਸੋਲਾਂ ਕੰਦੂ ਖੇੜਾ ਵਿਦ ਪ੍ਰਦੀਪ ਦੇ ਆਉਣ 17 ਦੀ ਗੇਮ ਹੈ, 16 ਬਰਾਬਰ ਹੋ ਗਏ ਬਈ ਲਾਸਟ ਪੁਆਇੰਟ ਦੋਨਾਂ ਟੀਮਾਂ ਦੇ। ਥੋੜਾ ਗੱਲ ਖਰਾਬ ਅੱਜ ਘੱਟ ਬੋਲਾਂਗੇ ਬਈ, ਫਿਰ ਵੀ ਬਹੁਤ ਬੋਲੀਆਂ ਨੇ, ਇੰਨਾ ਕਹਿ ਕੇ ਵੀ ਆਪਾਂ ਜ਼ੋਰ ਨਹੀਂ ਲਾਉਂਦੇ ਕਹਿਣ ਦਾ ਮਤਲਬ ਗੱਲ ਦਾ। ਅੱਜ 15-16 ਸਕੋਰ ਆ ਬਈ, ਖੁਸ਼ ਬਰਾੜ ਵੀਰੇ ਕਿਹੜਾ ਪਿੰਡ ਆਪਣਾ ਖੁਸ਼ ਬਰਾੜ ਜੀ, ਖੁਸ਼ਾ ਬਰਾੜ ਮੇਰੇ ਹਿਸਾਬ ਨਾਲ ਥਾਂਦੇ ਵਾਲੀ ਆ ਲੱਗਦਾ ਮੈਨੂੰ ਖੁਸ਼ਾ। ਇਹ ਪੁਆਇੰਟ ਦੋਨਾਂ ਟੀਮਾਂ ਦਾ ਲਾਸਟ ਪੁਆਇੰਟ ਆ ਜੀ। ਚੌਧਰੀ ਅਬਦੁਲ ਮਲਿਕ ਵੈਲਕਮ ਜੀ, ਖੁਸ਼ਾ ਥਾਂਦੇ ਵਾਲੀ ਆ, ਜਿਹੜਾ ਖੁਸ਼ ਬਰਾੜ ਦੀ ਆਈਡੀ ਆ ਵੀਰੇ ਉਹ ਕਰਿਓ ਮਾੜਾ ਜਿਹਾ ਕਨਫਰਮ ਬਈ, ਥਾਂਦੇ ਵਾਲੀ ਆ ਖੁਸ਼ਾ ਹੀ ਆ। ਠੀਕ ਆ, ਗਰਲਾਲ ਕਿੱਧਰ ਨੂੰ ਲੰਘ ਗਿਆ ਖੜਾ ਖੜਾ, ਓਕੇ ਓਕੇ ਖੁਸ਼ੇ ਵੀਰੇ ਕਰਾਉਣੇ ਆ 9 ਮਿੰਟ ਵੇਟ ਜੀ। ਪਛਾਣ ਲਿਆ ਮੈਂ ਪਛਾਣ ਲਿਆ ਵੀਰੇ, ਦੂਜਾ ਰਾਊਂਡ ਚੱਲ ਪਿਆ ਜੀ ਆ, ਪਹਿਲੇ ਰਾਊਂਡ ਦਾ ਲਾਸਟ ਮੈਚ ਆ ਉੱਧਰ, ਦੂਜੇ ਰਾਊਂਡ ਦਾ ਇੱਕ ਇੱਕ ਮੈਚ ਹੋ ਗਿਆ ਦੂਜੇ ਗਰਾਊਂਡਾਂ 'ਤੇ ਵੀਰੇ। ਅਗਲਾ ਮੈਚ ਵੀ ਬਹੁਤ ਤਕੜਾ ਲੱਗਣਾ ਜੀ, ਦੂਜੇ ਰਾਊਂਡ ਦੇ ਮੈਚ ਆ ਵੀਰੇ ਦੂਜੇ ਰਾਊਂਡ ਦੇ ਜੀ। ਅਗਲਾ ਮੈਚ ਦਸਾਉਂਦੀ ਆ ਵਿਦ ਹਰਮਨ
ਠੀਕ ਹੈ ਠੀਕ ਹੈ ਕੁਲਦੀਪ ਵੀਰੇ ਵਧੀਆ ਵਧੀਆ ਮਜੱਕਰ ਪੋਸਵਾਲ ਵਧੀਆ ਬਾਈ ਜੀ 16-16 ਬਰਾਬਰ ਵੀਰੇ ਮੈਨੂੰ ਐਂ ਲੱਗਦਾ ਵੀ 19 'ਤੇ ਜਾਊ ਕੰਮ ਇਹ ਹਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਖੇਡਾਂ ਵਾਲੇ ਉਹ ਖੇਡਾਂ ਦੀ ਗੱਲ ਕਰ ਲਓ ਨਿੱਤ ਨਿੱਤ ਨਹੀਂ ਖੇਡਾਂ ਖੇਡ ਹੁੰਦੀਆਂ ਕੋਟ ਫਤਿਹ ਦੀ ਧਰਤੀ ਹੈ ਸੈਟ ਹੀ ਆ ਸਾਰੇ ਮਜੱਕਰ ਪੋਸਵਾਲ ਜੀ ਟੌਪ ਸੈਟ ਆਪਣੀ ਵੀਡੀਓ ਬੋਲੀ ਵੀ ਹੈ ਜੀ ਜਾਣ ਪਹਿਚਾਣ ਦੀ ਮਸਾਲ ਮੁਹੱਜਤ ਗੁੱਜਰ ਜੀ ਕਿਉਂਕਿ ਪਿਛਲੇ ਦਿਨੀ ਆਪਾਂ ਹਾਂਜੀ ਹਾਂਜੀ ਕੱਲ ਜ਼ੋਰ ਜ਼ਿਆਦਾ ਲੱਗ ਗਿਆ ਕੱਲ ਦਾ ਬਹੁਤ ਦੁਖੀ ਹੁੰਦਾ ਟੂਰਨਾਮੈਂਟ ਜਿਹੜਾ ਵੇਖਿਆ ਕੁਲਦੀਪ ਅੱਜ ਬਹੁਤ ਦੁਖੀ ਹੈ ਔਰ ਅੱਜ ਬੜਾ ਵਧੀਆ ਲੱਗ ਰਿਹਾ ਕਿ ਸਾਡੇ ਨਗਰ ਦੇ ਨੌਜਵਾਨ ਵੀਰਾਂ ਨੇ ਇਹ ਵਾਲੀਬਾਲ ਦਾ ਜਿਹੜਾ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ ਸੋ ਮੈਂ ਸਾਰੇ ਸਾਡੇ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਜਿਹੜਾ ਕੀਤਾ ਸੋ ਬਹੁਤ ਮਾਣ ਵਾਲੀ ਗੱਲ ਆ ਸਾਡੇ ਕਿ ਬੜੀ ਦੂਰੋਂ ਦੂਰੋਂ ਖਿਡਾਰੀ ਜਿਹੜੇ ਲਓ ਜੀ ਬਾਦਰਗੜੀਆ ਰਵੀ ਜਿੱਤ ਗਿਆ ਵੀਰੇ ਵਿੱਚ ਭਾਗ ਲੈ ਬਾਦਰਗੜੀਆ ਰਵੀ ਵਿਨਰ ਹੈ ਸਹਾਰਨਪੁਰ ਯੂਪੀ ਦੀ ਵਿਨਰ ਹੈ ਵੀ ਇੱਥੇ ਪਹੁੰਚਣ ਥੋੜਾ ਇਤਰਾਜ ਲੱਗਿਆ ਵਾ ਉਹਦਾ ਦੱਸਾਂ ਕੀ ਡਿਸੀਜਨ ਹੋਊਗਾ ਵੀਰੇ ਓਬਜੈਕਸ਼ਨ ਲੱਗਿਆ ਵਾ ਕੰਦੂਕੜੀ ਦੀ ਧੰਨਵਾਦ ਕਰਦਾ ਬੜਾ ਵਧੀਆ ਮੈਚ ਹੈ ਕੀ ਬਣੂਗਾ ਉਹ ਦੱਸਾਂਗੇ ਬਾਈ ਆਪਾਂ ਵੇਖਿਆ ਬੜੀ ਦੂਰੋਂ ਚੱਲ ਕੇ ਆਏ ਆ ਮੁੰਡੇ ਮੈਂ ਦੇਖ ਰਿਹਾ ਸੀ ਵੀ ਆ ਸਹਾਰਨਪੁਰ ਤੋਂ ਆਏ ਆ ਸੌਂਦੀਆ ਵਿਦ ਹਰਮਨ ਥਰਾਜ ਵਾਲਾ ਹਰਦਵਾਰ ਨੂੰ ਜਾਂਦੇ ਆ ਟ੍ਰੇਨ ਦੇ ਵਿੱਚ ਤਾਂ ਰਸਤੇ ਦੇ ਵਿੱਚ ਸਹਾਰਨਪੁਰ ਸੁੱਕਰ ਵਾਲੇ ਸੋਨੇ ਦਾ ਮੈਚ ਆਉਣ ਵੀਰੇ ਤੇ ਮਸਾਂ ਆਉਂਦਾ ਬਾਈ ਜਦੋਂ ਭੁੱਚੋ ਤੋਂ ਬਹਿੰਦੇ ਆ ਤੇ ਤੁਸੀਂ ਸਾਡੇ ਇਸ ਨਗਰ ਦੇ ਵਿੱਚ ਆਏ ਖੇਡਣ ਦੇ ਲਈ ਮੈਂ ਆਪਣੇ ਵੱਲੋਂ ਨਗਰ ਵੱਲੋਂ ਇਲਾਕੇ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਡਾ ਤੇ ਇੱਕ ਸਾਡਾ ਵੀਰ ਜਿਹੜਾ ਟੀਮ ਕੋ ਪੁੱਛ ਲਓ ਕਿਸ ਕੀ ਦੇਖਣੀ ਹੈ ਕੀ ਬਾਤ ਹੈ ਹਾਂਜੀ ਮੈਚ ਕੀ ਦਾ ਜੀ ਦੂਜਾ ਲਾਈ ਵਾਲੀਬਾਲ ਬਠਿੰਡਾ ਵੀਰੇ ਵਾਲੀਬਾਲ ਬਹੁਤ ਵਧੀਆ ਟੂਰਨਾਮੈਂਟ ਆਪਾਂ ਵੇਖਦੇ ਅਕਸਰ ਹੀ ਜਦੋਂ ਕਈ ਵਾਰੀ ਅਸੀਂ ਕਦੇ ਕਦੇ ਲਾਈਵ ਜਿਹੜਾ ਵੇਖਦੇ ਆ ਟੂਰਨਾਮੈਂਟ ਤਾਂ ਬੜੀ ਦੇਰ ਤਾਂ ਇਹ ਟੂਰਨਾਮੈਂਟ ਜਿਹੜੇ ਚੱਲਦੇ ਆ ਕਿਉਂਕਿ ਦਿਨ ਦੇ ਵਿੱਚ ਕਹਿੰਦੇ ਅੱਖਾਂ ਦੇ ਵਿੱਚ ਥੋੜੀ ਰੋਸ਼ਨੀ ਪੈਂਦੀ ਹੈ ਤੇ ਕੁਝ ਮੁੰਡੇ ਜਿਹੜੇ ਜੌਬਾਂ ਵਗੈਰਾ ਤੇ ਵੀ ਲੱਗੇ ਆ ਫਿਰ ਇਹ ਰਾਤ ਨੂੰ ਇਹਨਾਂ ਕੋਲੇ ਖੇਡਣ ਦਾ ਵੀ ਸਮਾਂ ਹੁੰਦਾ ਹੈ ਸੋ ਬਹੁਤ ਵਧੀਆ ਲੱਗ ਰਿਹਾ ਤੇ ਬੜੇ ਨਾਮੀ ਖਿਡਾਰੀ ਜਿਹੜੇ ਸਾਡੇ ਦਰਮਿਆਨ ਇੱਥੇ ਆਏ ਨੇ ਗੋਪਾ ਬੱਲੋ ਵਾਲਾ ਸੁੱਖਣ ਵਾਲੇ ਤੇ ਮੱਖਣਾ ਹਰਾਏ ਬਰਬਰੇ ਕਿਉਂਕਿ ਜੱਸੂ ਚਹਿਲ ਵੈਲਕਮ ਵੈਲਕਮ ਜੀ ਜੱਸੂ ਚਹਿਲ ਜੀ ਵੀਰ ਦਾ ਨਾਮ ਜਿਹੜਾ ਸੁੱਖਣ ਵਾਲੇ ਤੇ ਮੱਖਣਾ ਹਰਾਏ ਬਰਬਰੇ ਕਿਹਾ ਜਾਂਦਾ ਹੈ ਮੀਰਪੁਰ ਚ ਮੁੱਕੇ ਬਾਈ ਕੋਚ ਆ ਜੋਧਪੁਰੀਆ ਮੇਰੇ ਛੋਟੇ ਭਰਾ ਦੇ ਸੱਦੇ ਤੇ ਮੁੱਕਾ ਲਾਲਿਆਂ ਵਾਲੀ ਬਾਈ ਹਾਜ਼ਰੀ ਲਵਾਉਂਦੇ ਮੀਰਪੁਰ ਚ ਕੋਚ ਜੋਧਪੁਰੀਆ ਜਵ ਨਹੀਂ ਪਰ ਉਹ ਬਾਈ ਕੋਈ ਯਾਰੀਆਂ ਪਕਾਉਣ ਦੇ ਜ਼ਿਆਦਾ ਐਕਸ ਦਾ ਆਬਜੈਕਸ਼ਨ ਹੈ ਬਾਈ ਟੀਮ ਦਾ ਆਬਜੈਕਸ਼ਨ ਹੈ ਜੀ ਟੀਮ ਦਾ ਜੋ ਅੱਗੇ ਦੀ ਟੀਮ ਹੈ ਨਾ ਜਿਹੜਾ ਫੰਕਸ਼ਨ ਉਸ ਦਾ ਆਬਜੈਕਸ਼ਨ ਹੈ ਉਹ ਹੋ ਜਾਏਗਾ ਕਲੀਅਰ ਬਾਈ ਵੇਟ ਕਰੋ ਜੀ ਮਿੱਤਰ ਆਏ ਨੇ ਸਾਰੇ ਦਸੌਂਦੀ ਆ ਬੇਦ ਹਰਮਨ ਫਰਾਜ ਵਾਲਾ ਵੱਲੋਂ ਬਹੁਤ ਬਹੁਤ ਸਾਰਾ ਸੁਖਰ ਵਾਲਾ ਬੇਦ ਮੱਖਣਾ ਰਾਏਪੁਰ ਵੀਰੇ ਮੈਂ ਬਾਈ ਨਾਲ ਇਧਰ ਖੜਾ ਗੱਲਾਂ ਵੀ ਕਰ ਰਿਹਾ ਸੀ ਪੁੱਛ ਰਿਹਾ ਸੀ ਵੀ ਬਾਈ ਵੀ ਇਸ ਖੇਡ ਨੇ ਕਿੰਨਾ ਕੁ ਕੁਝ ਦਿੱਤਾ ਕਿਉਂਕਿ ਬਾਈ ਦਾ